ਸਾਡੇ ਜ਼ਿਲ੍ਹੇ ਨੂੰ ਕੋਈ ਜਾਣਦੀ ਨਹੀਂ ਸੀਗਾ ਵੀ ਮਾਨਸਾ ਇਹ ਕਿੱਥੇ ਆ ਭਗਵੰਤ ਮਾਨ ਨੂੰ ਵੀ ਪਹਿਲਾਂ ਵੀ ਇਹੀ ਅਪੀਲ ਕਰੀ ਹੈਗੀ ਵੀ ਆਪਣੇ ਲੋਕਾਂ ਦੀ ਜ਼ਮੀਰ ਦੇਖ ਲਓ ਬਾਈ ਲੋਕ ਕਹੀ ਜਾਂਦੇ ਆ ਕਿ 5 ਮਿੰਟਾਂ ਦੇ ਅਸਰ ਚ ਆ ਗਿਆ ਪਤਾ ਲੱਗਾ ਵੀਰ ਦੇ ਗੋਲੀਆਂ ਮਾਰੀਆਂ ਤਾਂ ਬੜਾ ਦੁੱਖ ਲੱਗਾ ਸਾਨੂੰ ਬਹੁਤ ਉੱਡਣ ਦਾ ਮਨ ਉਦਾਸ ਹੋਇਆ ਜੀ ਸਾਡੇ ਪਿੰਡ ਤੋਂ ਵੱਡੇ ਭਾਜੀ ਨੂੰ ਵੀ ਉਹ ਵੀ ਸਾਡੇ ਉਹਦੀ 5-6 ਜਣੇ ਆਏ ਆ ਜੀ ਵੀਰ ਦੇ ਦਰਸ਼ਨ ਕਰਾਂਗੇ ਜੀ ਅਤੇ ਸਾਡੇ ਪਿੰਡ ਤੋਂ ਵੀਰੇ ਭਾਜੀ ਨੂੰ ਵੀ ਮਨੁੱਖ ਦੇ ਤੌਰ 'ਤੇ ਕਲਾਕਾਰ ਨਾਲ ਜਾਂਦੇ ਸੀ ਅਕਸਰ ਅਤੇ ਭਾਜੀ ਉਹਨਾਂ ਤੋਂ ਪੁੱਛਾਂਗੇ ਜਦੋਂ ਮੂਸੇ ਵਾਲਾ ਇੰਨਾ ਫੇਮਸ ਨਹੀਂ ਸੀ ਹੋਇਆ ਹੈਗਾ ਫਸਟ ਟਾਈਮ ਜਦੋਂ ਸਟੇਜ ਲਾਉਣ ਲਈ ਉੱਪਰ ਚੜ੍ਹ ਰਹੇ ਸੀ ਤਾਂ ਭਾਜੀ ਉਹਨਾਂ ਨੇ ਕਾਲ ਵਰਤ ਕਰ ਵੀਰੇ ਭਾਜੀ ਮਾੜਾ ਦੱਸਿਓ ਜਦੋਂ ਮੁਸਲ ਨਹੀਂ ਸੀ ਸਟਾਰ ਅਤੇ ਸਤਿ ਸ਼੍ਰੀ ਅਕਾਲ ਬੰਦੇ ਸਾਰੇ ਮੈਂ ਨਾ ਇੱਥੇ ਆਪਣੇ ਲੁਧਿਆਣੇ ਕੰਮ ਕਰਦਾ ਹੁੰਦਾ ਜਿਹੜਾ ਆਪਣੇ ਹਾਰਡੀ ਹੈ ਮੁੰਡਾ ਅਤੇ ਉਹਦੀ ਬਹੁਤ ਸਿਕਿਉਰਟੀ ਆ ਮੈਂ ਉਹਦੇ ਨਾਲ ਕੰਮ ਕਰਦਾ ਹੁੰਦਾ ਸਾਡੇ ਮੁੰਡਾ ਅਤੇ ਇੱਥੇ ਆਪਣਾ ਕੈਪਸ ਮਾਰਕੀਟ ਇੱਕ ਵਾਰੀ ਸ਼ੋਅ ਸੀਗਾ ਮਿੰਜੇ ਭਰਾ ਦਾ ਮਿੰਜੇ ਭਾਈ ਉਹਨਾਂ ਨੂੰ ਵੀ ਜਾਣ ਕੀਤੀ ਹੈ ਫਰੈਂਡ ਹੈ ਇੱਕ ਮੁੰਡਾ ਗੜ੍ਹ ਸਿੰਘ ਰਾਮਾ ਭਾਜੀ ਦੀਪ ਭਾਜੀ ਸਾਰੇ ਅਸੀਂ ਉਹਨਾਂ ਨਾਲ ਸੀਗੇ ਠੀਕ ਹੈ ਅਤੇ ਅਸੀਂ ਗਏ ਅਤੇ ਉੱਥੇ ਨਾ ਭਾਜੀ ਗਾਣਾ ਗਾ ਰਿਹਾ ਸੀਗਾ ਲਾਇਸੈਂਸ ਅੱਛਾ ਜੀ ਹਾਂਜੀ ਅਤੇ ਸਿੱਧੂ ਬੋਲੋ ਅਸੀਂ ਜਿਸ ਪਛਾਣਦੇ ਸਿੱਧੂ ਨੂੰ ਸਿੱਧੂ ਫੋਨ ਸੀ ਉੱਦਾਂ ਨਹੀਂ ਸੀਗਾ ਅਤੇ ਥੱਲੇ ਖੜਾ ਸੀਗਾ ਸਾਡੇ ਕੋਲ ਹੀ ਇੱਦਾਂ ਅਤੇ ਅਸੀਂ ਨਹੀਂ ਸੀ ਦੇਖਿਆ ਕਿ ਹਾਂ ਸਿੱਧੂ ਕੌਣ ਆ ਸਾਡੇ ਕੋਲ ਆਏ ਅਸੀਂ ਪਛਾਣਿਆ ਵੀ ਨਹੀਂ ਅਸੀਂ ਉੱਪਰ ਵੀ ਨਹੀਂ ਜਾਣ ਦਿੱਤਾ ਪਰ ਮੁੜ ਕੇ ਨਾ ਜਦੋਂ ਮਿੰਜੇ ਵੀਰ ਨੇ ਸਟੇਜ ਦੇ ਉੱਪਰ ਹਾਕ ਮਾਰੀ ਕਹਿੰਦਾ ਇਹ ਵਾਲਾ ਜਿਹੜਾ ਗਾਣਾ ਆ ਮੂਸੇ ਵਾਲਾ ਵੀਰ ਆ ਕਹਿੰਦਾ ਇਹ ਆਉਣ ਵਾਲੇ ਸਮੇਂ 'ਚ ਬਹੁਤ ਸਟਾਰ ਬਣੂਗਾ ਅਤੇ ਮੇਰੇ ਹਿਸਾਬ ਨਾਲ 2 ਮਹੀਨੇ ਮਸੀਂ ਲੱਗੇ ਸੀਗੇ 2 ਮਹੀਨੇ ਬਾਅਦ ਸਿੱਧੂ ਭਾਈ ਦੀ ਐਲਬਮ ਆ ਗਈ ਸੀ ਜਾਣੀ ਕਿ ਬਹੁਤ ਭਾਈ ਨੇ ਗਰੋ ਕੀਤਾ ਉਸ ਟਾਈਮ ਸਾਨੂੰ ਥੋੜ੍ਹਾ ਜਿਹਾ ਬੈਡ ਵੀ ਫੀਲ ਹੋਇਆ ਬੰਦੇ ਆਈਏ ਘਰ ਉੱਦਾਂ ਹੀ ਆ ਕੋਈ ਐਵੇਂ ਆਉਂਦੀ ਨਾ ਆ ਗਿਆ ਜਿੱਦਾਂ ਅਤੇ ਸਾਨੂੰ ਕਿ ਮੁੜ ਕੇ ਬਹੁਤ ਜਾਣੀ ਕਿ ਬੁਰਾ ਜਿਹਾ ਲੱਗਾ ਜਦੋਂ ਭਾਈ ਉਹਨੂੰ ਆਪ ਸਟੇਜ 'ਤੇ ਲੈ ਕੇ ਉੱਪਰ ਵੀ ਜਾ ਕੇ ਉਹਨੇ ਗਾਣੇ ਦੇ 2 ਬੋਲ ਵੀ ਸਾਂਝੇ ਕੀਤੇ ਸੀ ਕਿਪਸ ਮਾਰਕੀਟ ਮੈਨੂੰ ਹੱਲੇ ਵੀ ਯਾਦ ਆ ਅਤੇ ਦੀਪ ਭਾਜੀ ਸੀਗੇ ਮੈਂ ਸੀ ਰਾਮਾ ਭਾਜੀ ਸੀਗੇ ਅਤੇ ਹੋਰ ਸਾਰੇ ਕਾਫੀ ਮੁੰਡੇ ਸੀਗੇ ਜਿੱਦਾਂ ਸਾਰਿਆਂ ਨੂੰ ਮਿਲਣਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਵੀ ਯਾਦ ਨਹੀਂ ਹੈ ਮੈਨੂੰ ਵੀ ਯਾਦ ਆ ਅੱਜ ਵੀ ਮੈਂ ਮੇਰੇ ਉਹ ਵਾਲਾ ਚਿਹਰਾ ਹੈ ਨਾ ਸਾਹਮਣੇ ਆ ਅੱਖਾਂ ਦੇ ਆ ਰਿਹਾ ਦੁੱਖ ਬਹੁਤ ਆ ਪਰ ਬਿਆਨ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਦੁੱਖ ਆ ਬਾਕੀ ਸਾਰੇ ਮੁੰਡੇ ਫੋਟੋ ਕਰਾ ਲੈਂਦੇ ਹੁੰਦੇ ਸੀਗੇ ਮੈਂ ਜਿੱਦਾਂ ਫੋਟੋ ਨਹੀਂ ਫੋਟੋ ਬਾਰੇ ਬੜਾ ਸੋਚਿਆ ਵੀ ਨਹੀਂ ਚਲ ਬਹੁਤ ਆਪਾਂ ਇੱਦਾਂ ਨਹੀਂ ਮੈਂ 3-4 ਵਾਰੀ ਮਿਲਿਆ ਮੈਂ ਚੱਲ ਮਿਲਦੇ ਰਹਿਣਾ ਸਟਾਲ ਨੂੰ ਕੋਈ ਚੱਕਰ ਫੋਟੋ ਕਰਾ ਲੂੰਗਾ ਪਰ ਇੱਦਾਂ ਨਹੀਂ ਸੀ ਪਤਾ ਕੀ ਆਪਣਾ ਮਾੜਾ ਟਾਈਮ ਆਇਆ ਸੀ ਆਹ ਟਾਈਮ ਬਹੁਤ ਦੁੱਖ ਲੱਗਾ ਸਾਨੂੰ ਜੀ ਤੁਹਾਨੂੰ ਉਸੇ ਵਾਲੇ ਵੀਰ ਦੇ ਗੋਲੀ ਮਾਰ ਦੀ ਹੱਤਿਆ ਕੀਤੀ ਹੈ ਬਹੁਤ ਮਾੜਾ ਕੰਮ ਕੀਤਾ ਜਿਹਨੇ ਵੀ ਕੀਤਾ ਇੱਕ ਮਾਂ ਦਾ ਪੁੱਤ
ਜਹਾਨ ਤੋਂ ਤੁਸੀਂ ਪੇਸ਼ ਤਾਂ ਕਰ ਸੁਣੇਗਾ ਦਿੱਤੀ ਬਹੁਤ ਔਖਾ ਟਾਈਮ ਹੈ ਜੀ ਉਹਨਾਂ ਦੇ ਮਾਪਿਆਂ ਤੇ ਕੀ ਗੱਲ ਬਾਜੀ ਤਾਂ ਉਹ ਵੀ ਸੋਚ ਸਕਦੇ ਉਹਨਾਂ ਦੇ ਕੀ ਬੀਤ ਦੀ ਹੋਈ ਇਸ ਟਾਈਮ ਉਹਨਾਂ ਦਾ ਜਵਾਨ ਪਾਪਾ ਨੂੰ ਚਲਾ ਗਿਆ ਬਹੁਤ ਦੁੱਖ ਆ ਜੀ ਬੀਤਾ ਤੇ ਦੱਚ ਬਹੁਤ ਜ਼ਿਆਦਾ ਹੋ जो असी हमने हमने सिद्धू मूसे वाले के अंतम दर्शन करके आए हैं जी तो बहुत रच सी है प्यो का दुख देखा नहीं जा रहा है बहुत औखा परिवार लिया इस वेले तो भाजी भी साढ़े नाल गलबात करते हैं सत श्रीकाल भाजी इस पिंड तो भाजी मूसे पिंड तो ही है जी ठीक है जिदन मूसे का कतल हो इतने जिदन है इतने जी जिदन कतल हो इतने हाँ इतने काम करते जी अच्छा जी जिते हम अंतम संस्कार करने उन्होंने अपने खेत है जी हाँ जी अपने ठीक है जी रच बहुत पिया हुआ वा जी बहुत ठीक है तो इतने अपने खेतों च रोजाना आवा हों आ जी भी ठीक है जी वधिया बंदा बहुत वधिया जी अच्छा दूरों दूरों लोग देखने आते होंगे हाँ बहुत ठीक है तो जिहड़े हुण खेतों च उन्होंने अंतम संस्कार करने ये उन्होंने जमीन लग सकती ਕਿੰਨੇ ਖੇਤਾਂ ਦੀ ਹੈਗੀ ਸੀ ਉਹਨਾਂ ਦੀ ਇੱਥੇ ਇੱਥੇ 80-82 ਕਿੱਲੇ ਹੈ 80-82 ਕਿੱਲੇ ਠੀਕ ਸਾਰੇ ਪਿੰਡ ਵਾਲਿਆਂ ਨੇ ਸੋਗ ਮਨਾ ਰਿਹਾ ਪੂਰਾ ਪੰਜਾਬ ਸੋਗ ਮਨਾ ਰਿਹਾ ਵਰਲਡ ਸੋਗ ਮਨਾ ਰਿਹਾ ਹਾਂਜੀ ਹਾਂ ਬਹੁਤ ਘਾਟਾ ਪਿਆ ਮਾਨਸੇ ਨੂੰ ਜੀ ਮੂਸੇ ਦੇ ਪਿੰਡ ਨੂੰ ਵੀ ਜਾਣਦਾ ਨਹੀਂ ਸੀ ਹੈਗਾ ਕੋਈ ਵੀ ਦੁਨੀਆ ਦੇ ਨਕਸ਼ੇ ਦੇ ਲਿਆ ਕੇ ਖੜਾ ਕਰਤਾ ਸਰਪੰਚ ਦੀ ਮੰਮੀ ਸੀ ਸਰਪੰਚ ਹਾਂਜੀ ਹਾਂ ਮੌਕੇ ਦੀ ਹੈ ਮੌਕੇ ਦੀ ਸਰਪੰਚ ਨਹੀਂ ਸੀ ਹਾਂ ਅੱਜ ਬਹੁਤ ਆਦੀ ਹੈਗਾ ਇੱਥੇ ਪਿਆ ਹੋਇਆ ਟਾਈਮ ਲੱਗ ਜਾਣਾ ਸੰਸਕਾਰਾਂ ਨੂੰ ਬਹੁਤ ਮਾੜਾ ਹੋਇਆ ਜੀ ਇਸ ਤੋਂ ਮਾੜਾ ਕੀ ਹੋਣਾ ਇੱਕ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਚਲਾ ਗਿਆ ਇੱਥੋਂ ਬਹੁਤ ਮਾੜਾ ਕੀਤਾ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਚਲੋ ਉੱਦਾਂ ਆਪਣਾ ਵੈਰ ਵਿਰੋਧ ਕੱਢਣਾ ਸੀ ਤਾਂ ਮਾੜਾ ਮੋਟਾ ਕੱਢ ਲੈਂਦੇ ਬਹੁਤ ਔਖੀ ਘੜੀ ਹੈ ਜੀ ਇਸ ਵੇਲੇ ਪਰਿਵਾਰ ਆ ਜਾਓ ਇੱਕ ਵੀਰ ਹੋਰ ਭਾਜੀ ਮਾਂ ਨਾਲ ਗੱਲ ਕਰਦੇ ਹਾਂ ਜਿਹੜੇ ਇੱਥੋਂ ਦੇ ਹੀ ਆ ਵਾਪਰ ਗਿਆ ਮੈਂ ਤਾਂ ਵੀ ਕੀ ਗੱਲ ਹੋ ਗਈ ਕਹਿੰਦੇ ਵੀ ਜਮਾਰ ਕੇ ਆਏ ਸਿੱਧੂ ਮੂਸੇ ਵਾਲੇ ਦੇ ਵੀ ਅਟੈਕ ਹੋ ਗਿਆ ਤਿੰਨ ਗੱਡੀਆਂ ਨੇ ਗਈਆਂ ਘੇਰਾ ਪਾ ਲਿਆ ਉਸ ਨੇ ਤੇ ਉਸ ਤੋਂ ਬਾਅਦ ਉਹ ਵੀ 10-20 ਮਿੰਟ ਲੋਕਾਂ ਨੇ ਹੱਥ ਨਹੀਂ ਪਾਇਆ ਉੱਥੇ ਇੱਕ ਨਾਲ ਪਿੰਡ ਸਾਡੇ ਖਾਰਾ ਗਾ ਖਾਰਾ ਬਰਨਾਲਾ ਉਸ ਪਿੰਡ ਦਾ ਸੀਗਾ ਇੱਕ ਵਿਚਾਰਾ ਉਹਨੇ ਹੱਥ ਪਾਇਆ ਉਹਨੇ ਲੋਕਾਂ ਨੂੰ ਆਖਿਆ ਲਵੇ ਗੱਡੀਆਂ ਖੜੀਆਂ ਸੀਗੀਆਂ ਉਹਨਾਂ ਨੂੰ ਜ਼ੋਰ ਵੀ ਬਥੇਰਾ ਲਾਇਆ ਵੀ ਬਾਈ ਮਣ ਕੇ ਗੱਡੀ ਲਵੇ ਲਾ ਲਓ ਆਪਾਂ ਹੋਸਪਿਟਲ ਲੈ ਜਾਈਏ ਪਰ ਕਿਸੇ ਨੇ ਉਹਨੂੰ ਹੱਥ ਨਹੀਂ ਪਾਇਆ ਫਿਰ ਉਹਨੇ ਆਪ ਹੀ ਵਿਚਾਰੇ ਨੇ ਫੋਨ ਕਰਕੇ ਬਰਨਾਲੇ ਪਿੰਡ ਤੋਂ ਗੱਡੀ ਮੰਗਾਈ ਆ ਉਹਨੇ ਮੀਡੀਆ ਵਾਲੇ ਨੇ ਵੀ ਸਾਰੀ ਗੱਲਬਾਤ ਉਹਦੇ ਨਜ਼ਰਾਂ 'ਚ ਆਈ ਹੈ ਕਿ ਮੀਡੀਆ ਵਾਲਿਆਂ ਦੇ ਅਤੇ ਫਿਰ ਉਹ ਪਿੰਡੋਂ ਗੱਡੀ ਮੰਗਾ ਕੇ ਨਾਲ ਦੀ ਨਾਲ ਉਹਨੂੰ ਸਿੱਧੂ ਬਾਈ ਨੂੰ ਹੋਸਪਿਟਲ ਲੈ ਕੇ ਆਏ ਸਰਕਾਰੀ ਹਾਂਜੀ ਤਕਰੀਬਨ ਅੱਧਾ ਘੰਟਾ ਲੱਗ ਗਿਆ ਸੀ ਉੱਥੇ ਚੱਕਦੇ ਹਾਂ 20 ਮਿੰਟ ਤਾਂ 20-25 ਮਿੰਟਾਂ ਦੇ ਤਕਰੀਬਨ ਲੱਗ ਗਿਆ ਸੀ ਕਿਉਂਕਿ ਟਾਕੀਆਂ ਪੱਟ ਕੇ ਉਹ ਕੱਢਿਆ ਗਿਆ ਹੈਗਾ ਹਾਂ ਉਹ ਬਾਈ ਦੇ ਦੂਜੇ ਦੇ ਕਨੈਕਟਰ ਸਾਈਡ 'ਤੇ ਜਿਹੜਾ ਬੈਠਾ ਸੀਗਾ ਉਹਦੇ ਨਾਲ ਸਿਰ ਲਾਰ ਕੇ ਪੱਗ ਲਹਿ ਰਹੀ ਸੀ ਉਹਦੀ ਵਿਚਾਰੇ ਦੀ ਅਤੇ ਹੋ ਸਕਦਾ ਉਹਦੇ ਇੱਥੇ ਵੀ ਫਾਇਰ ਵੱਜਿਆ ਹੋਵੇ ਕੁਛ ਕਹਿ ਨਹੀਂ ਸਕਦੇ ਵੀ ਤੁਹਾਡੇ ਹਿਸਾਬ ਨਾਲ ਜਾਨ ਬਚ ਸਕਦੀ ਸੀ ਜੇ ਮੌਕੇ 'ਤੇ ਉਹਨਾਂ ਨੂੰ ਉਸੇ ਵੇਲੇ ਦੇਖੋ ਮੌਕੇ ਦੀ ਆਪਾਂ ਗੱਲ ਜਾਣੀ ਹੈ ਜੇ ਮੌਕੇ 'ਤੇ ਜੇ ਚੱਕਿਆ ਵੀ ਜਾ ਸਕਦਾ ਸੀ ਜਾਨ ਬਚ ਵੀ ਸਕਦੀ ਸੀ
परमात्मा आपां तां ही कहने भी बेचारे की जान बच बचा दिंदा ते परमात्मा जे 10-20 मिनट पहला चक्या हुंदा ओ जान बच भी सकदी सीगी। आपां मैं सारयां नूं इही बेनती करदा मेरे भरावो जिथे भी कोई ये आस्था वापरदा गा पहली गल तां ना ही वापरे ते आपां देखो सारे धीआं भैणां सारे भैण भाईआं वाले हैगे भी आस्था वापरे ना। दूजी गल जे वापरदा भी है ओनू हथ पाउणा जरूरी हैगा ओनू हथ पाओ वीर मन के ये ना हो भी अणगहली आपां वीडियो बनाउण लग जाने गे देखो ये वीडियो का चक्कर च ना पाओ मेरा वीर ये वीडियो के चक्कर च पै के अज इथों तिकर आपां नूं नौबत आई हैगी जे जान 10-20 मिनट पहला उत्थे उसी उही बंदे जिहड़े चलो बच्चे खड़े सी उह चौंक दे विच जदों फायरिंग होई आ बच्चे उत्थे खड़े सीगे उह भज चुके चलो बच्चों का आप मानते हैं भी डर पैदा हो गया उन्होंने जो 10-20 मिनटा बाद उदू बाद जो गड्डी नाल दी नाल हो लैके वागे फायरिंग करके उदू बाद नाल दी नाल ही लोग उठ खड़े पर तमाशा देखे गए वीडियो बनाई गए उत्ते सारा सारा कुछ पता लग गया। एक बाई ने बरनाले वाले ने बहुत जोर लाया गा उन्हें आपके पिंडों गड्डी भी बुलाई है उन्हें पर 10-20 मिनटां च तां बहुत फर्क पै जांदा हैगा देखो 10 बहुत ओवर हो गया सीगा बेचारे दे पैर भी कई बजे सीगे कह रहे हैं 10-12 फैर बजे ने गे ते हुण देखो की भाणा वापरिया ये मानसा दी साढ़े जिले की शान सी अबला सारे पंजाब की अंडर वर्ल्ड की शान सीगी ये असी तां देखो असी दिलों प्यार किया बाई नूं साढ़े मेरा 7 सालां दा मुंडा एक 12 सालां दा उन्हें तो रोटी भी नहीं खाधी उस टाइम कहना डैडी की हो गया क्योंकि साढ़े इलैक्शन च खड़ा होया सी इहदे नाल बाई नाल दिलो ला के इहनू जितियाउण दी कोशिश करी भी गल कर लोकां दे दिल च की सी भी बदला बदला आ बदला गा भगवंत मान नूं लिया के आ बदला मुंडे मरवाते ओ नशे देखो नशे 10-12 12-15 15 सालां दे मुंडे आ मोगे साइड आ दूजी साइड मरी जांदे ने बेचारे किसी दा टीके ने पैर चला लिया किसी ने हथ चला लिया किसी ने किते किते ला लिया ते इह भी गल मेरा वीर भगवंत मान मैं तेनू इथों तक वीडियो तेरे तिकर पहुंचाउणा चाहुंदा गा तू जाग मेरा भाई देखे पब्लिक आ गई ये अरशो फर्श ते भी लिया दी हैगी देखो मैं यही गल कहना मेरा वीर भी भगवंत मान जी हथ जोड़ के बेनती हैगी सोनू पब्लिक ने जितया गा ते माड़ा जिहा कंट्रोल रखो जे यही जेडे भजे फैर मार के मुंडे थोड़ा 5 मिनटा का काम सीगा फड़ना पांच मिनटा का ही साडा कोई एडा वड्डा जिला नहीं भी मानसा शहर भी यह 20-25 किलोमीटर की फासले च है ये साढ़े किलो 2 किलोमीटर का सारा फासला गा घूम के जे आप देखिए तो भी तुसी फर भी सकते भी गल कर तुसी इंक्वायरी नहीं करेगी पुलिस वाले भी आख्या है नाल सिक्योरिटी खोली तुसी ਤੁਸੀਂ ਜੇ ਸਿਕਿਉਰਿਟੀ ਖੋਣੀ ਸੀ ਅੰਦਰ ਗਤੀ ਇਹਨੂੰ ਬਾਈ ਨੂੰ ਦੱਸ ਦੇ ਵੀ ਅਸੀਂ ਤੇਰੀ ਸਿਕਿਉਰਿਟੀ ਖੋ ਰਹੇ ਹਾਂ ਤੂੰ ਆਪਦਾ ਵੀ ਆਪ ਬਾਈ ਸੇਫਟੀ ਰੱਖ ਤੁਹਾਨੂੰ ਲੱਗਦਾ ਭਾਜੀ ਵੀ ਜਿਹੜਾ ਸਿਕਿਉਰਿਟੀ ਦਾ ਸੋਸ਼ਲ ਮੀਡੀਆ ਦਾ ਛਾਲਿਆ ਗਿਆ ਇੰਨਾ ਮੁੱਦਾ ਵੀ ਸਿਕਿਉਰਿਟੀ ਵਾਪਸ ਲੈ ਲਈ ਆ ਵੀ ਇੱਥੋਂ ਕਟਾਈ ਹੋਈ ਹੈ ਹਾਂਜੀ ਹਾਂ ਇਹ ਤਾਂ ਹੁਣ ਕਲੀਅਰ ਹੀ ਹੋਇਆ ਪਿਆ ਜੀ ਭਗਵੰਤ ਮਾਨ ਨੇ ਵੀ ਇਹ ਸਿਕਿਉਰਿਟੀ ਵਾਪਸ ਲੈਤੀ ਹੈ ਤੇ ਵੀ ਇੱਥੋਂ ਤੱਕ ਜੇ ਨਾ ਭਗਵੰਤ ਮਾਨ ਸੋਸ਼ਲ ਮੀਡੀਆ ਤੇ ਆਉਂਦਾ ਨਾ ਇੱਥੋਂ ਤੀਕਰ ਭਾਵਾਂ ਵਾਪਰਦਾ ਮੈਂ ਅਸੀਂ ਨੂੰ ਵਿਚਾਰੇ ਨੂੰ ਮੇਰੀ ਗੱਲ ਸੁਣੋ ਆ ਰੋਡ ਤੋਂ ਅਸੀਂ ਕਈ ਵਾਰੀ ਬਾਈ ਦੀ ਕੋਠੀ ਦੇਖ ਕੇ ਜਾਂਦੇ ਹਾਂ ਬਾਈ ਨੂੰ ਮਿਲ ਕੇ ਵੀ ਜਾਂਦੇ ਸੀਗੇ ਅਤੇ ਵੀ ਗੱਲ ਕਰ ਹੁਣ ਕਿਹਨੂੰ ਮਿਲਾਂਗੇ ਇੱਥੇ ਵਿਚਾਰੇ ਨੂੰ ਵੀ ਮਾਂ ਪਿਓ ਉਹਦਾ ਇਕੱਲਾ ਇਕੱਲਾ ਪੁੱਤ ਸੀ ਦੇਖੋ 27-28 ਸਾਲਾਂ ਦਾ 2 ਮਹੀਨਿਆਂ ਨੂੰ ਉਹਦਾ ਵਿਆਹ ਸੀਗਾ 11 ਤਰੀਕ ਨੂੰ ਉਹਦਾ ਬਰਥਡੇ ਸੀਗਾ ਅਤੇ ਦੇਖ ਲਓ ਵੀ ਆ ਹੁਣ ਦਾ ਮਾਹੌਲ ਦੇਖੋ ਹੁਣ ਦੇਖ जे दूर कैमरा मैन नू मेरे वीर नू आखूंगा भी देख किन्नी पब्लिक आई हुई है जे च प्यार सीगा जे 5 मिनट बंदा बह जांदा ना भाई जी ओदे लवे ते बंदे दा दिल जित लांदा सीगा ਵਧੀਆ ਬੰਦਾ ਸੀ ਭਾਜੀ ਅਸੀਂ ਤਾਂ ਆਪ ਖੁਦ ਇੱਕ ਕੈਮਰੇ ਵਾਲੇ ਨਹੀਂ ਹੈਗੇ ਅਸੀਂ ਤਾਂ ਖੁਦ ਉਹਦੇ ਫੈਨ ਆ ਜਿੱਦਾਂ ਜਾਂ ਹਾਂਜੀ ਹਾਂਜੀ ਸਟੂਡੀਓ ਦਾ ਕੰਮ ਕਰਦੇ ਆ ਤੇ ਅਸੀਂ ਕਿਹਾ ਵੀ ਚਲੋ ਦੇਖਦੇ ਆ ਬਾਈ ਨੂੰ ਜਾ ਕੇ ਲਾਸਟ ਮੌਕਾ ਵਾ ਕਈ ਵਾਰੀ ਮੌਕਾ ਗਿਣਿਆ ਵੀ ਮਿਲਾਂਗੇ ਉਹਨੂੰ ਬਾਈ ਨੂੰ ਜਾ ਕੇ ਹੈਗਾ ਪਰ ਬਾਟ ਆ ਦੇਖੋ ਜੀ ਬਾਈ ਜੀ ਦੇਖੋ ਹਾਲ ਤੀਕਰ ਬਾਈ ਦੀ ਫੋਟੋ ਲੱਗ ਰਹੀ ਹੈਗੀ 3 ਮਹੀਨੇ ਹੋ ਗਏ ਇਲੈਕਸ਼ਨਾਂ ਨੂੰ 3-4 ਮਹੀਨੇ ਹੋ ਗਏ ਹਾਲ ਤੀਕਰ ਬਾਈ ਦੀ ਮੈਂ ਲਾਉਂਦਾ ਵੀ ਨਹੀਂ ਇਹ
ਇਹ ਚੀਜ਼ ਲਾਉਂਦਾ ਵੀ ਨਹੀਂ ਗਾ ਮੈਂ ਵਧੀਆ ਇਨਸਾਨ ਸੀ ਹਾਂਜੀ ਹਾਂ ਜੇ ਮੈਨੂੰ ਦੇਖੋ ਮੈਂ ਤਾਂ ਪੱਕੀ ਉਮਰ ਮੇਰੀ 45 ਸਾਲ ਦੀ ਉਮਰ ਹੈਗੀ ਇਹ ਮੁੰਡੇ ਖੁੰਡਿਆਂ ਦੇ ਸੁਣਨ ਵਾਲਾ ਸੀਗਾ ਮੇਰੇ ਬੱਚੇ ਸੁਣਦੇ ਸੀ ਮੈਂ ਇਹਦੇ ਨਾਲ ਖੜਾ ਮੈਂ ਤਾਂ ਇਹਦੇ ਸਨੇਚਰ ਵਧੀਆ ਬੰਦਾ ਬਹੁਤ ਸਾਫ ਹੈਗਾ ਇਹ 5 ਮਿੰਟ ਹੀ ਬੈਠਾ ਨਾ ਕੋਠੀ 'ਚ ਉੱਥੇ ਬੈਠਾ ਤੇ ਫਿਰ ਅੰਦਰਲੇ ਪੁਰਾਣੇ ਘਰ ਗਿਆ ਇਹਦੇ ਲਵੇ ਬੰਦੇ ਦੇ ਸਨੇਚਰ ਬਹੁਤ ਵਧੀਆ ਸੀ ਮੈਨੂੰ ਕੋਈ ਇਹੋ ਜਿਹੀ ਗੱਲ ਨਹੀਂ ਮੇਰੇ ਨਾਲ 5-4 ਬੰਦੇ ਉਹ ਸੀਗੇ ਇੱਜ਼ਤ ਕਰੀ ਕਹਿੰਦਾ ਬਾਈ ਜੀ ਕੋਈ ਗੱਲ ਨਹੀਂ ਸਾਡੇ ਭਰਾ ਵਾਂਗੂ ਤੁਸੀਂ ਜਿੱਥੇ ਮਰਜ਼ੀ ਖੜਾ ਲਿਓ ਵੀ ਊਚ ਨੀਚ ਵਾਲੀ ਨਹੀਂ ਸੀ ਵੀ ਪੈਸੇ ਵਾਲਾ ਬੰਦਾ ਇਹ ਪੈਸੇ ਦਾ ਬਿਲਕੁਲ ਇਹਨੂੰ ਜਮੀ ਨਹੀਂ ਸੀਗਾ ਵੀ ਮੇਰੇ ਲਵੇ ਪੈਸਾ ਬੋਲਦਾ ਹੰਕਾਰ ਤਾਂ ਇਹਦੇ ਵਿੱਚ 1% ਦਾ ਨਹੀਂ ਸੀਗਾ ਅੰਕਲ ਆਂਟੀ ਹੁਣ ਜੋ ਦੇਖੀਦਾ ਭਲਾ ਮਾਨਸ ਬੰਦੇ ਆ ਜੀ ਬੜਾ ਦੇਖੋ ਮੇਰੇ ਲਵੇ ਦੇਖੋ ਮੈਂ ਅਨਾਜ ਮੰਡੀ 'ਚ ਸਰਸਾ ਰੋਡ 'ਤੇ ਕੰਮ ਕਰਦਾ ਪੱਲੇਦਾਰੀ ਦਾ ਉੱਥੇ ਫਰ ਬ੍ਰਿਗੇਡ 'ਤੇ ਇਹਦੀ ਡਿਊਟੀ ਸੀਗੀ ਬਾਈ ਸਿੱਧੂ ਦੇ ਡੈਡੀ ਦੀ ਉੱਥੇ ਜਦੋਂ ਇਹਦੇ ਮੈਂ ਉੱਥੇ ਲਵੀ 24 ਘੰਟੇ ਰਹਿੰਦਾ ਸੀ ਬਾਈ ਨੂੰ ਕਹਿੰਦਾ ਜੀ ਕਾਕਾ ਕਿਵੇਂ ਆਪਣਾ ਕਹਿੰਦਾ ਠੀਕ ਹੈ ਅਤੇ ਮੈਨੂੰ ਕਹਿੰਦਾ ਵੀ ਆ ਜਾ ਤੈਨੂੰ ਮਿਲਿਆ ਦਾ ਨਾ ਮੈਂ ਆਖਿਆ ਚਲੋ ਆਪਾਂ ਬੱਚਿਆਂ ਨੂੰ ਮਿਲਾ ਦਾਂਗੇ ਉਹ ਕਹਿੰਦਾ ਵੀ ਆ ਜਾ ਮੈਂ ਬੱਚਿਆਂ ਨੂੰ 1-2 ਵਾਰੀ ਵੀ ਲੈ ਕੇ ਵੀ ਆਇਆ ਬਾਈ ਲਵੇ ਅਤੇ ਵਧੀਆ ਬੱਚਿਆਂ ਨੂੰ ਕੋਈ ਆਏ ਨਹੀਂ ਗਾ ਵੀ ਲਵੇ ਖੜਾ ਕੇ ਉਹਨਾਂ ਬੱਚਿਆਂ ਦਾ ਕੀ ਹੁੰਦਾ ਗਾ ਵੀ ਫੋਟੋ ਕਰਾਉਣੀ ਆ ਮੈਂ ਅਤੇ ਕੋਈ ਇਹੋ ਜਿਹੀ ਗੱਲ ਨਹੀਂ ਗੀ ਪੂਰਾ ਚਾਹੁੰਦਾ ਸੀ ਬੰਦੇ ਨੂੰ ਹਾਂਜੀ ਹਾਂ ਮਾਤਕਾਰ ਕਰਦਾ ਸੀ ਹਾਂਜੀ ਹਾਂਜੀ ਇਹ ਸਾਡਾ ਭਰਾ ਵਾ ਵੀਰੇ ਹਾਂਜੀ ਸਕਿਉਰਟੀ ਐਸ ਬੌਂਸਰ ਦੇ ਜਾਂਦੇ ਨਾਲ ਹੁੰਦੇ ਸੀ ਨਿੰਜੇ ਕਲਾਕਾਰ ਨਾਲ ਠੀਕ ਹੈ ਜੀ ਅੱਜ ਤੋਂ 7-8 ਸਾਲ 2017-18 ਦੀ ਗੱਲ ਹੈਗੀ ਭਾਈ ਹਾਂਜੀ ਹਾਂਜੀ ਤੇ ਉਦੋਂ ਨਿੰਜੇ ਨਾਲ ਜਾਂਦਾ ਸੀ ਉਦੋਂ ਇੰਨਾ ਸਟਾਰ ਨਹੀਂ ਸੀ ਤੇ ਬਾਈ ਕਹਿੰਦਾ ਵੀ ਮੈਂ ਮਿਲਣਾ ਨਿੰਜੇ ਨੂੰ ਠੀਕ ਹੈ ਜੀ ਚਲੋ ਇਹਨਾਂ ਦੀ ਡਿਊਟੀ ਸੀ ਇਹਨਾਂ ਨੇ ਸਟੇਜ ਤੇ ਨਹੀਂ ਚਲਾਉਣ ਦਿੱਤਾ ਫਿਰ ਨਿੰਜੇ ਨੇ ਕਿਹਾ ਨਹੀਂ ਆਉਣ ਦਿਓ ਉਦੋਂ ਫਿਰ ਗੀਤ ਇਹ ਲਿਖ ਕੇ ਦਿੱਤਾ ਸੀ ਕਿ ਆਪਣੇ ਵਿੱਚ ਬਰਾਕੇਟ ਸੀ ਲਾਇਸੈਂਸ ਗਾਣਾ ਨਹੀਂ ਸੀ ਹਾਂਜੀ 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 ਉਹ ਗਾਣਾ ਲਿਖ ਕੇ ਦਿੱਤਾ ਸੀ ਹੈਗਾ ਤੇ ਬਾਈ ਨੂੰ ਵੀ ਨਹੀਂ ਪਤਾ ਸੀ ਹੈਗਾ ਵੀ ਇਹ ਜਿੱਦਾਂ ਨਾ ਸਾਨੂੰ ਕਿਹਾ ਕਿ ਭਾਈ ਸਾਡੇ ਸਿੱਧੂ ਭਾਈ ਸਾਡੇ ਕੋਲ ਆਏ ਜਿੱਦਾਂ ਉਹਨੇ ਕਹਿੰਦਾ ਬਾਈ ਮੈਨੂੰ ਉੱਪਰ ਜਾਲਣ ਦਿਓ ਸਾਨੂੰ ਪਤਾ ਨਹੀਂ ਸੀ ਬੰਦਾ ਕੌਣ ਆ ਹਨਾ ਅਸੀਂ ਮਨਾ ਕਰਤਾ ਤੇ ਜਿੱਦਾਂ ਫਿਰ ਮੁੜ ਕੇ ਨਿੰਜੇ ਭਾਈ ਨਿਗਾਹ ਪੈ ਗਈ ਥੱਲੇ ਕਿ ਸਿੱਧੂ ਥੱਲੇ ਆਇਆ ਹਨਾ ਤੇ ਭਾਈ ਜਦੋਂ ਬਾਹਾਂ ਫੜ ਕੇ ਉਹਨੂੰ ਲੈ ਕੇ ਗਏ ਉੱਪਰ ਫਿਰ ਉਹਨੂੰ ਦੱਸਿਆ ਵੀ ਹਾਂ ਆਹ ਵਾਲੇ ਮੁੰਡੇ ਦਾ ਗੀਤ ਲਿਖਿਆ ਜਿਹੜਾ ਆਹ ਵਾਲਾ ਗਾਣਾ ਜਿਹਨੇ ਮੈਨੂੰ ਉਹ ਯਾਨੀ ਕਿ ਨਿੰਜਾ ਫੇਮਸ ਵੀ ਉਸ ਗਾਣੇ ਤੋਂ ਜ਼ਿਆਦਾ ਹੋਇਆ ਸੀਗਾ ਸੰਸ ਤੋਂ ਜ਼ਿਆਦਾ ਹੋਇਆ ਸੀਗਾ ਤੇ ਭਾਈ ਨੇ ਦੱਸਿਆ ਸੀ ਕਿ ਹਾਂ 2-3 ਮਹੀਨੇ ਬਾਅਦ ਮੇਰੀ ਐਲਬਮ ਆਉਣੀ ਆ ਪੂਰੀ ਯਾਨੀ ਕਿ ਐਲਬਮ ਸੁਪਰ ਹਿੱਟ ਰਹੀ ਸੀ ਸਿੱਧੂ ਭਾਜੀ ਦੀ ਪਹਿਲੀ ਐਲਬਮ ਆਈ ਸੀਗੀ ਉਸ ਤੋਂ ਬਾਅਦ ਚ ਮੁੜ ਕੇ ਦੇਖਿਆ ਨਹੀਂ ਹੈਗਾ ਜੀ ਤਾਂ ਇਹਦਾ ਲੁਧਿਆਣੇ ਸੀਗਾ ਉਹ ਕਿਪਸ ਮਾਰਕੀਟ ਸੀਗਾ ਸ਼ੋ ਜਿੱਦਾਂ ਅਸੀਂ 3-4 ਮੁੰਡੇ ਸੀਗੇ ਉਦੋਂ ਗਏ ਉਹ ਨਾਲ ਤਾਂ ਰਾਮਾ ਭਾਜੀ ਸੀਗਾ ਮੈਂ ਸੀ ਅਤੇ ਜਿੱਦਾਂ ਹੋਰ ਦੀਪ ਭਾਜੀ ਸੀਗੇ ਇੱਕ ਮੁੰਡਾ ਗੌਰਵ ਸੀਗਾ ਯਾਨੀ ਕਿ ਵਧੀਆ ਸੀਗਾ ਅਤੇ ਮੁੜ ਕੇ ਭਾਜੀ ਦੇਖ ਲਓ ਜਿੱਦਾਂ ਨਾ ਰੱਬ ਨੇ ਲਿਖਿਆ ਹੁੰਦਾ ਅਸੀਂ ਜਦ ਬਾਕੀ ਸਾਰਿਆਂ ਮੁੰਡੇ ਨੇ ਨਾਲ ਦਿਆਂ ਨੇ ਫੋਟੋ ਕਰਾ ਲਈ ਬਸ ਇਕੱਲਾ ਮੈਂ ਰਹਿ ਗਿਆ ਸੀ ਇੱਕ ਅਤੇ ਮੈਂ ਸੋਚਿਆ ਮੈਂ ਕਿਹਾ ਚੱਲ ਮਿਲਦੇ ਹੀ ਰਹਿਣਾ ਕੋਈ ਨਹੀਂ ਫੇਕ ਕਰਾ ਲਵਾਂਗੇ ਅੱਜ ਮਿਲਣ ਆਇਆ ਭਾਈ ਸਮੇਂ ਦਾ ਪਤਾ ਨਹੀਂ ਸੀਗਾ ਭਾਜੀ ਜਿਹੜੀ ਫੋਟੋ ਵਾਲੀ ਰੀਝ ਹੈ ਨਾ ਵਿੱਚ ਹੀ ਰਹਿ ਗਈ ਦਿਲ ਦੇ ਵਿੱਚ ਹੀ ਰਹਿ ਗਈ ਮਿਲੇ ਬਹੁਤ ਵਾਰ ਮਿਲੇ ਪਰ ਜਿੱਦਾਂ ਹੁੰਦਾ ਨਾ ਕਿ ਕੋਈ ਰੱਛ ਵੀ ਹੁੰਦਾ ਸੀਗਾ ਹੁਣ ਅਸੀਂ ਆਪ ਫੋਟੋਆਂ ਕਰਵਾਉਣ ਲੱਗ ਪਏ ਫਿਰ ਜਨਤਾ ਨੂੰ ਕੌਣ ਰੋਕੂਗਾ ਨਾ ਭਾਜੀ ਇਸ ਕਰਕੇ ਅਸੀਂ ਲਾਈਵ ਦਾ ਕੰਮ ਕਰਦੇ ਹਾਂ ਭਾਜੀ ਹਾਂਜੀ ਮੈਂ ਯਾਨੀ ਕਿ 2 ਸਾਲ ਹੋ ਗਏ ਕਦੇ ਯਾਨੀ ਕਿ 2-3 ਸਾਲ ਹੋ ਗਏ ਇਹਨੂੰ ਸੁਣਿਆ ਨਹੀਂ ਸੀ ਸਿੱਧੂ ਮੂਸੇ ਵਾਲਾ ਭਾਜੀ ਆਪਣੀ ਗੱਡੀ 'ਚ ਸਿੱਧੂ ਤੋਂ ਛੋਟਾ ਅੱਜ ਕਦੇ ਗਾਣੇ ਨਹੀਂ ਸੁਣੇ ਕਿਸੇ ਦੇ ਜਦੋਂ ਜਾਣਾ ਆਇਆ ਸੀਗਾ ਪਹਿਲਾਂ ਧਰਮ ਗੀਤ ਲਾ ਦੇ ਉਹ ਤੋਂ ਬਾਅਦ ਸਿੱਧੂ ਮੂਸੇ ਵਾਲਾ ਚੱਲਾ ਹੀ ਜਾਣਦੇ ਯਾਨੀ ਕਿ ਹੁਣ ਵੀ ਅਸੀਂ 180-90 ਕਿਲੋਮੀਟਰ ਵਾਟ ਗਾ ਕੇ ਆਏ ਹਾਂ ਤਾਂ ਮੂਸੇ ਵਾਲੇ ਦੇ ਗਾਣੇ ਅਸੀਂ ਭਾਜੀ ਲਾ ਕੇ ਆਉਂਦੇ ਰਹੇ ਠੀਕ ਹੈ ਜੀ ਪਰ ਬਹੁਤ ਮਾੜਾ ਹੋਇਆ ਭਾਜੀ ਹੈਗਾ ਮੂਸੇ ਵਾਲਾ ਪਿੰਡ ਨਕਸ਼ੇ ਤੇ ਲਿਆ ਕੇ ਖੜਾ ਕਰਤਾ ਦੁਨੀਆ ਤੇ ਹੈਗਾ ਬਿਲਕੁਲ ਬਾਈ ਜੀ ਸਾਡੇ ਤਾਂ ਪਿੰਡ ਨਹੀਂ ਸੀ ਭਾਜੀ ਸਾਡੀ ਮਾਨਸਾ ਨੂੰ ਕੋਈ ਸਾਡੀ ਮਾਨਸਾ ਸ਼ਹਿਰ ਨੂੰ ਸਾਡੇ ਜ਼ਿਲ੍ਹੇ ਨੂੰ ਕੋਈ ਜਾਣਦੀ ਨਹੀਂ ਸੀਗਾ ਵੀ ਮਾਨਸਾ ਇਹ ਕਿੱਥੇ ਹੈ ਸਮਾਂ ਬਠਿੰਡੇ ਦੀ ਅਸੀਂ ਟਿਕਟ ਕਟਾਉਂਦੇ ਕਈ ਵਾਰੀ ਦਿੱਲੀ ਅਸੀਂ ਜਾਂਦੇ ਦਿੱਲੀ ਤੋਂ ਅਸੀਂ ਸਿੱਧੀ ਮਾਨਸਾ ਦੀ ਨਿਸ਼ ਕੱਢਦੇ ਬਠਿੰਡੇ ਦੀ ਕੱਢਦੇ ਸੀਗੇ ਅੱਜ ਤੋਂ 20-22 ਸਾਲਾਂ ਦੀ ਗੱਲ ਆ ਇਹਨਾਂ ਸਾਡੇ ਮੁੰਡੇ ਨੇ ਹਰਸ਼ ਤੋਂ ਦੇਖ ਲਾ ਉਹ ਉੱਪਰ ਲਿਆਂਦਾ ਸੀਗਾ ਉੱਪਰ ਤੇ ਲਿਆਂਦਾ ਇਹਨੇ ਵਿਚਾਰੇ ਨੇ ਤੇ ਅੱਜ ਇਹ ਚਲੋ ਆਪਾਂ ਐਂ ਕਹਿੰਦੇ ਹਾਂਗੇ ਵੀ ਜਿਹਨੇ ਵੀ ਮਾਰਿਆ ਗਾ ਆਪਾਂ ਭਗਵੰਤ ਮਾਨ ਨੂੰ ਵੀ ਪਹਿਲਾਂ ਵੀ ਇਹੀ ਅਪੀਲ ਕਰੀ ਹੈਗੀ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜਾਂ ਉਹਨਾਂ ਨੂੰ ਛੂਟ ਕਰਿਆ ਜਾਵੇ ਸਿੱਧੇ ਹੀ ਬਿਲਕੁਲ ਜੀ ਬਿਲਕੁਲ ਦੇਖੋ ਮਾਪਿਆਂ ਦਾ ਕੱਲਾ ਪੁੱਤ ਸੀ 28 ਸਾਲਾਂ ਦਾ ਪੁੱਤ ਸੀਗਾ 2 ਮਹੀਨਿਆਂ ਦੇ ਨਾਲ ਉਹਦੇ ਵਿਆਹ ਹੋਣਾ ਸੀਗਾ ਕੋਠੀ ਜਿਹੜੀ ਹੁਣ ਕਿੱਲੇ ਦੀ ਖੜੀ ਕੀਤੀ ਉਹ ਤਾਂ ਮਿੱਟੀ ਇੱਕ ਪਾਸੇ ਮਿੱਟੀ ਆ ਜੀ ਮਿੱਟੀ ਆ ਮਿੱਟੀ ਬਾਹਰ ਨਹੀਂ ਜਾਣੀ ਬਾਹਰਲੀ ਬਾਜ ਅੰਦਰ ਨਹੀਂ ਜਾਣੀ ਹੈਗੀ ਉਹ ਇੱਕੋ ਇੱਕ ਪੁੱਤ ਮਾਰ ਕੇ ਰਹੇ ਪਏ ਬਈ ਕੋਠੀ ਵੀ ਨਾਰਨ ਦੀ ਪੋਤੀ ਰਹੇ ਅੰਦਰ ਅਗਲੇ ਦਾ ਹਾਂਜੀ ਹਾਂਜੀ ਜੇ ਪੋਤਾ ਤੇ ਕੋਠੀਆਂ ਖੜੀਆਂ ਚਲੋ ਉਦਾਂ ਭਾਜੀ ਡਰਾ ਧਮਕਾ ਦਿੰਦੇ ਗੱਲ ਵੱਖਰੀ ਜੀ ਹੈ ਨਾ ਪਰ ਆਹ ਵਾਲਾ ਕੰਮ ਬਹੁਤ ਗਲਤ ਕੀਤਾ ਭਾਜੀ ਬਹੁਤ ਜ਼ਿਆਦਾ ਗਲਤ ਕੀਤਾ
ਹੁਣ ਅੰਦਰ ਗਏ ਭਾਜੀ ਉਹਨਾਂ ਦੇ ਮਾਪੇ ਦੇ ਫੀਸ ਦੇਖ ਥੋੜਾ ਹੁੰਦੇ ਆ ਭਾਈ ਮਾਪੇ ਦਾ ਦੇਖਣ ਦੇ ਬੋਲ ਆਮ ਜਨਤਾ ਹੀ ਦੇਖ ਲੈਂਦੇ ਹਾਂ ਹਾਂਜੀ ਮਾਪੇ ਦਾ ਤੇ ਜਿਹੜਾ ਹਾਲ ਹੋਣਾ ਹੀ ਹੋਣਾ ਜਨਤਾ ਦਾ ਹਾਲ ਦੇਖ ਲਓ ਹਾਂਜੀ ਇੱਕ ਬੰਦਾ ਕਪੂਰਥਲੇ ਤੋਂ ਆਇਆ ਮੁੰਡਾ ਉਹ ਬਹੁਤ ਬਸ ਉਹਦਾ ਦੇਖਿਆ ਨਹੀਂ ਜਾਂਦਾ ਸਾਨੂੰ ਹੁਣ ਲਾਤਾ ਉਹ ਬੰਦੇ ਨੇ ਟੈਟੂ ਪਵਾ ਰੱਖੇ ਹੈਗੇ ਬਾਈ ਦੇ ਸਿੱਧੂ ਦੇ ਪਵਾ ਰੱਖੇ ਨੇ ਹਾਂ ਤੇ ਇੰਨਾ ਬਸ ਉਹਦਾ ਬੰਦੇ ਦਾ ਮੈਂ ਇੱਥੋਂ ਦੇਖਿਆ ਨਹੀਂ ਗਿਆ ਇੰਨਾ ਰੋਇਆ ਉਹ ਬੰਦਾ ਦੇਖੋ ਅਸੀਂ ਤਾਂ ਫਿਰ ਵੀ ਦੇ ਦੂਰੋਂ ਤੋਂ ਕਿੱਥੋਂ ਕਿੱਥੋਂ ਚੱਲ ਕੇ ਆਇਆ ਵਿਚਾਰੇ ਦੇ ਨਾਲ ਜੇ ਉਹਦੇ ਨਾਲ ਪਿਆਰ ਸੀ ਸਤਿਕਾਰ ਸੀਗਾ ਫਿਰ ਹੀ ਚੱਲ ਕੇ ਆਇਆ ਐਡੀ ਦੂਰ ਰਾਤੀ ਜਦੋਂ ਅਸੀਂ ਪੋਸਟ ਪਾਈ ਵੀ ਅਸੀਂ ਉੱਥੇ ਜਾਣਾ ਹੁਣ ਪਿੱਛੋਂ ਬਹੁਤ ਫੋਨ ਆਏ ਯਾਰ ਅਸੀਂ ਵੀ ਜਾਣਾ ਸੀ ਨਾਲ ਸਾਨੂੰ ਵੀ ਲੈ ਸਾਡੇ ਫਗਵਾੜੇ ਤੋਂ ਸਪੈਸ਼ਲ ਬੱਸਾਂ ਆਈਆਂ ਹੋਈਆਂ ਭਾਜੀ ਹੈਗੀਆਂ ਮੁੰਡੇ ਕਰਵਾ ਕੇ ਆਏ ਅਸੀਂ ਜਦੋਂ ਫਗਵਾੜੇ ਤੋਂ ਆ ਰਹੇ ਸੀ PV08 PV09 PV03 ਜਲੰਧਰ ਦੇ ਨੰਬਰ ਇੰਨੇ ਮੋਟਰਾਂ ਜਿੱਦਾਂ ਭਾਜੀ ਆਪਾਂ ਹੋਲੇ ਮਹੱਲੇ ਤੇ ਨੀ ਜਾਈਦਾ ਰਾਹ ਚ ਰਛ ਹੁੰਦਾ ਰਾਹ ਸੇਮ ਇੱਦਾਂ ਹੀ ਸੀਗਾ ਅੱਜ ਐ ਨਾ ਪੂਰਾ ਰਛ ਸੀਗਾ ਗੱਡੀਆਂ ਬੱਸਾਂ ਮੋਟਰਸਾਈਕਲ ਦੇ ਆਨੰਦਪੁਰ ਸਾਹਿਬ ਜਾ ਰਹੇ ਆਨੰਦਪੁਰ ਸਾਹਿਬ ਜਾ ਰਹੇ ਹਾਂਜੀ ਹਾਂਜੀ ਆ ਮਾਹੌਲ ਸੀ ਅੱਜ ਹੁਣ ਜਿੱਥੇ ਅਸੀਂ ਗੱਡੀ ਪਾਰਕ ਕੀਤੀ ਸਾਨੂੰ ਘੱਟੋ ਘੱਟ ਨਹੀਂ 15-20 ਮਿੰਟ ਲੱਗ ਗਏ ਇੱਥੇ ਤੱਕ ਆਉਣ ਨੂੰ ਬਹੁਤ ਯਾਨੀ ਕਿਲੋ 2 ਕਿਲੋਮੀਟਰ ਤੱਕ ਪਿੱਛੇ ਆ ਨਾ ਪਾਰਕਿੰਗ ਆਪਾਂ ਥਰਡ ਪਰਸਨ ਆਪਾਂ ਜੀ ਹਨਾ ਆਪਾਂ ਨੂੰ ਇਹਨਾਂ ਦਰਦ ਹੋ ਰਿਹਾ ਜਿਹੜੇ ਮਾਂ ਬਾਪ ਉਹਨਾਂ ਦਾ ਕੀ ਹਾਲ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਭਾਈ ਕਿੱਡਾ ਜਿਗਰਾ ਜਿਹਨੇ ਇੰਨਾ ਦੁੱਖ ਝੱਲਿਆ ਹਨਾ ਹਾਂਜੀ 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 ਉਹਨਾਂ ਭਾਜੀ ਉਹਨਾਂ ਨੇ ਕਿੱਡਾ ਜਿਗਰਾ ਤੇ ਕਰਨ ਤੋਂ ਪਹਿਲਾਂ ਇਹ ਕਦਮ ਚੁੱਕਣਾ ਉਹਨਾਂ ਸੋਚਿਆ ਵੀ ਨਹੀਂ ਬੰਦੇ ਸੋਚਿਆ ਵੀ ਨਹੀਂ ਸਹੀ ਗੱਲ ਹੈ ਭਾਈ ਤੇ ਇਹ ਹੋਇਆ ਸਾਜ਼ਿਸ਼ ਦੇ ਥਰੂ ਹੀ ਆ ਭਾਜੀ ਹਾਂਜੀ ਸਾਜ਼ਿਸ਼ ਦੇ ਥਰੂ ਹੋਇਆ ਸਾਰਾ ਕੁਝ ਇਹ ਹਾਂਜੀ ਬਹੁਤ ਵੱਡਾ ਟ੍ਰੈਕ ਲੱਗੇ ਹਾਂਜੀ ਹਾਂਜੀ ਤੇ ਆ ਸਿਕਿਉਰਿਟੀ ਖੋਣੀ ਉਹ ਤੋਂ ਬਾਅਦ ਫਿਰ ਬਾਹਰ ਜਾਣਾ ਘਰੋਂ ਨਿਕਲ ਕੇ ਸਾਰੇ ਪਿੱਛੇ ਗੱਡੀਆਂ ਲੱਗਣੀਆਂ ਗਿੱਪੀ ਗਰੇਵਾਲ ਦੇ ਚਾਰ ਸਪੇਰੇ ਲੱਗ ਰਹੇ ਸਿਕਿਉਰਿਟੀ ਗਾਰਡ ਹਾਂਜੀ 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 ਤੇ ਬਾਈ ਆਇਆ ਸੀ ਗੁਰਦਾਸ ਮਾਨ ਆਇਆ ਸੀਗਾ ਉਹਦੇ ਮਗਰ ਵੀ ਫੁੱਲ ਸਿਕਿਉਰਿਟੀ ਸੀ ਨਸ਼ਾ ਬੰਦ ਕਰੂ ਮੈਂ ਬਿਲਕੁਲ 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 ਚਿੱਟਾ ਜਿਹੜੀ ਆਪਣੀ ਜੀਵ ਵਾਲੀ ਗੋਲੀ ਕਹਿੰਦੇ ਇਹਨੂੰ ਜਿਹੜੇ ਕਹਿੰਦੇ ਵੀ ਨਸ਼ਾ ਛਡਾ ਦਿੰਦੇ ਆ ਕਰਦੇ ਚੌਥਾ ਹਿੱਸਾ ਪਾ ਕੇ ਬਈ ਪੰਨੀ ਤੇ ਮੈਂ ਆਪ ਬੰਦੇ ਫੜਿਆ ਮੇਰੇ ਕੋਲ ਵੀਡੀਓ ਪਈ ਆ ਫੋਨ ਦੇ ਵਿੱਚ ਸਨੈਪ ਲਾਈ ਜਾਂਦੇ ਸੀਗੇ ਤੇ ਮੁੰਡਿਆਂ ਦੀ ਉਮਰ ਕਿਸੇ ਦੀ 12 ਸਾਲ ਹੈ ਇੱਕ ਦੀ 13-14 ਸਾਲ ਦੀ ਆ ਮੇਰੇ ਕੋਲ ਵੀਡੀਓ ਪਈ ਆ ਨਾ ਫੋਨ ਦੇ ਵਿੱਚ ਬਾਈ ਕੁਛ ਨੀ ਕਰਦਾ ਸਾਡੇ ਘਰ ਦੇ ਸੁਣਵਾ ਦਾ ਗੱਲ ਸਾਡੇ ਨਾ ਜਿਹੜਾ ਮੋਲ ਡਿਪਟੀ ਹੈਗਾ ਉਹ ਕਿਰਾਏ ਤੇ ਰਹਿੰਦਾ ਕੋਠੀ ਚ ਉਹਦੇ ਘਰ ਦੇ ਸਾਹਮਣੇ ਇੱਕ ਮੁੰਡਾ ਚਿੱਟਾ ਵੇਚਦਾ ਸੀ ਕਮਾਲੂ ਸਾਹਿਬ ਨੂੰ ਪਤਾ ਹੋਵੇ ਲੋਕ ਲਹਿਰ ਅਧਿਕਾਰ ਵਾਲੇ ਪ੍ਰੋਗਰਾਮ ਕਰਿਆ ਸੀਗਾ ਤੇ ਉੱਥੇ IG ਨੂੰ ਮਿਲਿਆ ਸਾਡੇ ਪਿੰਡ ਦੇ ਬਹੁਤ ਬੰਦੇ ਡਿਊਟੀ ਨੂੰ ਪੁੱਛਿਆ ਵੀ ਜਦੋਂ ਤੇਰੇ ਕੋਲ ਮੰਨ ਲਓ ਤੁਸੀਂ ਮੈਂ ਆਪਾਂ ਦੋਨੇ ਚਿੱਟਾ ਲੈਣਾ ਹੈਗੇ ਠੀਕ ਹੈ ਤੁਸੀਂ ਲਾ ਲਿਆ ਜਾਂ ਮੈਂ ਲਾ ਲਿਆ ਮੈਂ ਮਰ ਗਿਆ ਤੁਸੀਂ ਤਾਂ ਕਹੋਗੇ ਵੀ ਅਸੀਂ ਫਲਾਣੇ ਥਾਂ ਤੋਂ ਲਏ ਆ ਇਦੋਂ ਵੱਡਾ ਬਈ ਪ੍ਰਸ਼ਾਸਨ ਨੂੰ ਸਬੂਤ ਕੀ ਹੈਗਾ ਇਦੋਂ ਵੱਡਾ ਤਾਂ ਕੋਈ ਸਬੂਤ ਨਹੀਂ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ ਬਾਈ ਸਾਹਿਬ ਅਸੀਂ ਮੋੜ ਮੰਡੀ ਤੋਂ ਬਹੁਤ ਬੰਦੇ ਲੈ ਕੇ ਬੁੜੀਆਂ IG ਨੂੰ ਮਿਲੇ ਦੱਸੀ ਗੱਲ ਵਿਚਾਰਿਆਂ ਦੀ ਬਾਈ ਜਦੋਂ ਇਕੱਠ ਦੇ ਵਿੱਚ ਨਾ ਮਾਵਾਂ 3 ਫੋਟੋਆਂ ਲਈ ਬੈਠੇ ਆਉਂਦੇ ਜਵਾਕਾਂ ਦੀਆਂ ਕਿਸੇ ਦੀ ਉਮਰ 16-17 ਕਿਸੇ ਦੀ 18 ਸਾਲ ਕੱਲੇ ਕੱਲੇ ਜਵਾਕ ਤੇ ਕੁੜੀਆਂ ਵਿਆਹ ਵਾਲੇ ਬਾਈ ਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕਰੀ ਤੇ ਜਦੋਂ IG ਨੇ ਤੇ ਉੱਤੋਂ ਪ੍ਰਸ਼ਾਸਨ ਨੇ ਜ਼ੋਰ ਲਾਇਆ ਵੀ ਲੋਕਾਂ ਦਾ ਇਕੱਠ ਦੇਖ ਕੇ ਫਿਰ ਬੰਦਾ ਫੜਿਆ ਗਿਆ ਤੇ ਇਦੋਂ ਵੱਡੀ ਸਰਕਾਰ ਦੀ ਨਾਕਾਮੀ ਕਿਉਂ ਬਈ ਸਾਡੇ ਪਿੰਡ ਯਾਰ ਤੁਸੀਂ ਜਦੋਂ ਮਰਜ਼ੀ ਦੇਖ ਲਓ ਜਾ ਕੇ ਕੋਈ ਕੈਮਰਾਮੈਨ ਆ ਕੋਈ ਮੰਨ ਲਓ ਤੁਸੀਂ ਮੀਡੀਆ ਗਏ ਜਦੋਂ ਮਰਜ਼ੀ ਆ ਜਾਓ ਸਿਖਰ ਦੁਪਹਿਰੇ ਬਈ ਦਾਦਾ ਦੀ ਟੋਲੀ ਹੁੰਦੀ ਹੈ ਚਿੱਟਾ ਐ ਫੜਾ ਕੇ ਤੁਰ ਜਾਂਦੇ ਨੇ ਠੀਕ ਹੈ ਨਾ ਸਾਰੇ ਪਾਸੇ ਆ ਲਈ ਆ ਪਤਾ ਇਹ ਆਲਾ ਸਾਰੇ ਪਤਾ ਬਾਈ ਦੁਕਾਨਦਾਰ ਆ ਉਹਨੂੰ ਪਤਾ ਹੁੰਦਾ ਜਿਹਦੇ ਮਰਦਾ ਉਹਨੂੰ ਪਤਾ ਬਾਈ ਠੀਕ ਹੈ ਸਾਨੂੰ ਲੋਕ ਕਹਿੰਦੇ ਨੇ ਬਾਈ ਤੁਸੀਂ ਬੋਲਦੇ ਕਿਉਂ ਯਾਰ ਤੁਸੀਂ ਇਕੱਲੇ ਘਰੇ ਹੈਗੇ ਬਾਈ ਯਾਰ ਜਿਹਦਾ ਮਰਦ ਜਿਹੜਾ ਸਮੇਂ ਰਹਿ ਲਿਆ ਜੀ ਬਾਈ 3 ਮਰ ਗਏ ਠੀਕ ਹੈ ਭਾਈ ਸੀ ਇੱਕ ਤਰ੍ਹਾਂ ਦੇ ਬਾਹਾਂ ਵੱਡੇ ਹੋਏ ਦੇ ਮਤਲਬ ਯਾਰ ਦੋਸਤ ਮਰਦੇ ਨੇ ਆਪਾਂ ਮੰਨ ਲਓ ਫੈਨ ਲਾ ਲਓ ਆਪਣਾ ਭਾਈ ਸੀ ਆ ਆਪਣੇ ਦਿਲ ਤੇ ਕੀ ਵੀ ਤੂੰ ਮਾਂ ਪਿਓ ਦੇ ਦਿਲ ਤੇ ਬੀਤਣੀ ਬੀਤਣੀ ਹੈ ਬਾਈ ਠੀਕ ਹੈ ਨਾ ਤੇ ਇਹੀ ਗੱਲ ਆ ਯਾਰ ਬਈ ਪ੍ਰਸ਼ਾਸਨ ਦਾ ਯਾਰ ਰਲੀ ਭੁਗਤ ਸਭ ਕੁਝ ਹੁੰਦਾ
ਪ੍ਰਸ਼ਾਸਨ ਰਣਜੀਤ ਬਾਬੇ ਨੇ ਗਾਣਾ ਗਾਇਆ ਸੀ ਵੀ ਸਰਕਾਰਾਂ ਹੀ ਪਗਾਉਂਦੀਆਂ ਚਿੱਟਾ ਤਾਂ ਦਸ਼ਹਰੇ ਆਂ ਦੇਖਦਾ ਵੇਖਦਾ ਵੀ ਇਹ ਜਿਹੜੀ ਚੀਜ਼ ਕਲਾਕਾਰ ਗਾਉਂਦਾ ਸੱਚ ਹੁੰਦੀ ਆ ਹੁਣ ਸਿੱਧੂ ਬਾਈ ਨੇ ਜਿੰਨੇ ਗਾਣੇ ਕੱਲਾ ਕੱਲਾ ਟੱਪਾ ਤੁਸੀਂ ਦੇਖ ਲਓ ਹੁਣ ਇਹ ਗਾਣਾ ਗਾਇਆ ਸੀ ਵਿਆਹ ਵੇਲੇ ਵੀ ਜਦੋਂ ਵਿਆਹ ਹੋਣਾ ਤਾਂ ਹਾਈਵੇ ਬੰਦ ਹੋਣਾ ਪਰ ਅੱਜ ਬਾਈ ਸਿੱਧੂ ਨਹੀਂ ਹੈਗਾ ਠੀਕ ਹੈ ਹਾਈਵੇ ਬੰਦ ਹੋਇਆ ਪਿਆ ਠੀਕ ਹੈ ਇਹ ਉਹਨੇ ਗੱਲ ਕਹੀ ਸੀ ਵੀ ਸੱਚ ਬੋਲੇਗਾ ਤਾਂ ਲੱਗੂ 295 ਸਹੀ ਗੱਲ ਹੋ ਗਈ ਨਾ ਬਾਈ ਜਿੰਨੇ ਟੱਪੇ ਮਗਾਇਆ ਤੁਸੀਂ ਸੋਚ ਲਿਓ ਪਰ ਦੇਖ ਲਓ ਇੰਟਰਵਿਊ ਉਹਨੇ ਕਿਹਾ ਸੀ ਮੈਂ 5 ਸਾਲ ਲਗਾਵਾਂ 4 ਸਾਲ ਲਗਾਵਾਂ ਠੀਕ ਹੈ ਬਾਹਲਾ ਚਿਰ ਤਾਂ ਹੁੰਦੇ ਹੀ ਨਹੀਂ ਕਿਉਂ ਬੰਦੇ ਨੂੰ ਪਤਾ ਹੁੰਦਾ ਬਾਈ ਹਰੇਕ ਬੰਦੇ 'ਚ ਪਰਮਾਤਮਾ ਵੱਸਦਾ ਤੇ ਪ੍ਰਸ਼ਾਸਨ ਦੇ ਯਾਰ ਇਹ ਚੀਜ਼ 'ਚ ਕੋਈ ਧਿਆਨ ਨਹੀਂ ਹੁਣ ਬਾਈ ਕਿੰਨੀ ਸਿਕਿਉਰਿਟੀ ਲੱਗੀ ਪਈ ਇੱਥੇ ਦੇਖ ਲਓ ਠੀਕ ਹੈ ਤੇ ਪਹਿਲਾਂ ਯਾਰ ਬਾਈ ਤੁਸੀਂ ਇਹ ਮੇਰਾ ਪਿੰਡ ਨੂੰ ਤਾਂ ਹੈ ਮਾਖਾ ਹੈਗਾ ਮੈਂ ਨਾਨਕੇ ਘਰ ਰਹਿਣਾ ਮੌਲ ਮੰਡੀ ਆਹ ਮਾਖਾ ਨਾਲ ਹੀ ਰਹਿ ਗਿਆ ਤੇ ਯਾਰ ਇੱਥੇ ਥਾਂ ਥਾਂ ਚੌਂਕੀਆਂ ਨੇ ਬਾਈ ਪਿੰਡਾਂ ਦੇ ਜਿੰਨੇ ਜਗਾੜੀਏ ਨੇ ਸਮਾਨ ਵੇਚਦੇ ਨੇ ਕੱਲੇ ਕੱਲੇ ਦਾ ਨਾ ਕਰਿਆ ਤਾਂ ਮਾਵੇ ਤੁਸੀਂ ਫੜਦੇ ਕਿਉਂ ਨੀ ਕਹਿੰਦਾ ਪ੍ਰਸ਼ਾਸਨ ਮੋਟਾ ਰੁਪਈਆ ਜਾਂਦਾ ਬਾਈ ਡਿਪਟੀ ਕੋਲੇ ਬਾਈ ਅਸੀਂ ਮਾਡਲ ਲਿਖ ਕੇ ਦੇਤਾ ਐਮਸੀ ਸੀਗੇ ਸਾਡੇ ਕਿਉਂ ਸਾਡੇ ਨਗਰ ਕੌਂਸਲ ਚ ਪਿੰਡ ਆਉਂਦਾ ਡਿਪਟੀ ਨੂੰ ਲਿਖ ਕੇ ਦੇਤਾ ਵੀ ਆਹ ਬੰਦੇ ਚਿੱਟਾ ਵੇਚਦੇ ਆ ਡਿਪਟੀ ਨੇ ਮੈਨੂੰ ਕੱਲੇ ਨੂੰ ਬੁਲਾ ਕੇ ਕਹਿੰਦਾ ਵੀ ਐਂ ਦੱਸ ਵੀ ਦਾਰੂ ਕਿਹੜਾ ਬੰਦਾ ਵੇਚਦਾ ਮੈਂ ਹੀ ਦਾਰੂ ਨਾਲ ਕੋਈ ਬੰਦਾ ਮਰਿਆ ਸੁਣਿਆ ਅੱਜ ਕੱਲ੍ਹ ਮਰਿਆ ਕੋਈ ਦਾਰੂ ਨਾਲ ਬੰਦਾ ਬਾਈ ਆਪਾਂ ਹਰੇਕ ਹੀ ਪੀਂਦਾ ਹੋਊ ਦਾਰੂ ਸੌ ਚ ਇੱਕ ਬੰਦਾ ਨਾ ਪੀਂਦਾ ਹੋਊ ਮਰਿਆ ਕੋਈ ਕੋਈ ਨਹੀਂ ਮਰਦਾ ਮੈਂ ਕਿਹਾ ਵੀ ਜਿਹੜਾ ਘਰ ਘਰ ਚਿੱਟਾ ਬੁੜੀਆਂ ਕੁਆਰੀਆਂ ਕੁੜੀਆਂ ਵੇਚੀ ਜਾਂਦੀਆਂ ਨੇ ਬਾਈ ਇਦੋਂ ਤੇ ਕੀ ਹੋਈ ਯਾਰ ਸਬੂਤ ਯਾਰ ਬੰਦੇ ਜੇਲ੍ਹਾਂ 'ਚ ਬੈਠੇ ਬੁੜੀਆਂ ਪਕਾਈ ਜਾਂਦੀਆਂ ਸਰਕਾਰ ਨੇ ਪਾਲਿਸੀ ਕੀ ਬਣਾਈ ਹੈ ਵੀ 250 ਗ੍ਰਾਮ ਫੜਿਆ ਗਿਆ ਤਾਂ ਪਰਚਾ ਪਊ 250 ਗ੍ਰਾਮ ਬਈ ਕਿਹੜਾ ਲੈ ਕੇ ਤੁਰਦਾ ਨਹੀਂ ਤੁਰਦਾ ਬਿੱਟਾਂ ਬਣਾਈਆਂ ਨੇ 3-3 400 ਦੀਆਂ ਵੇਚੀ ਜਾਂਦੇ ਨੇ ਬਈ ਬਿਲਕੁਲ ਇਹ ਭਾਜੀ ਇਹ ਵੀ ਸੁਣਨ ਚ ਆਇਆ ਸੀਗਾ ਜਿੱਦਾਂ ਕਹਿੰਦੇ ਜਦੋਂ ਹਾਦਸਾ ਹੋਇਆ ਭਾਜੀ ਦਾ ਕਹਿੰਦੇ ਪੁਲਿਸ ਬਹੁਤ ਲੇਟ ਪਹੁੰਚੀ ਉੱਥੇ ਬਈ ਕੋਈ ਨਹੀਂ ਉੱਥੇ ਪੁਲਿਸ ਕੋਈ ਨਹੀਂ ਪਹੁੰਚੀ ਐਵੇਂ ਇੱਕ ਬੰਦਾ ਇੰਟਰਵਿਊ ਦੇ ਗਿਆ ਕਹਿੰਦਾ ਬਾਈ ਇੱਥੇ SHO ਮੌਕੇ ਤੇ 5-7 ਮਿੰਟ ਆ ਗਿਆ ਇੱਕ ਮੁੰਡਾ ਸੀਗਾ ਇੱਕ ਮੁੰਡੇ ਨੇ ਜਿਹਨੇ ਕੱਢਿਆ ਬਾਈ ਲੋਕਾਂ ਦੀ ਐਡੀ ਯਾਰ ਇਨਸਾਨੀਅਤ ਮਰ ਗਈ ਮੈਂ ਕਹਿੰਦਾ ਲੋਕਾਂ ਦੇ ਜ਼ਮੀਰਾਂ ਮਰੀਆਂ ਪਈਆਂ ਨੇ ਬਾਈ ਕਿਸੇ ਨੇ ਗੱਡੀ ਨਹੀਂ ਕੱਢੀ ਯਾਰ ਵੀਡੀਓ ਬਣਾਉਣ ਲੱਗ ਜਾਂਦੇ ਕਿਸੇ ਨੇ 20-25 ਮਿੰਟ ਬਹੁਤ ਹੁੰਦਾ 1 ਸਕਿੰਟ 'ਚ ਬੰਦਾ ਖਤਮ ਹੋ ਜਾਂਦਾ 20-25 ਮਿੰਟ ਜੇ ਉੱਥੇ ਬਚ ਜਾਂਦਾ ਸ਼ਾਇਦ ਬਚ ਰਹਿੰਦਾ ਬਾਈ ਬਚ ਰਹਿੰਦਾ ਠੀਕ ਹੈ ਨਾ ਕਿਸੇ ਨੇ ਗੱਡੀ ਨਹੀਂ ਕੱਢੀ ਬਾਈ ਕਿਸੇ ਨੇ ਕੁਝ ਹੋਰ ਨਹੀਂ ਕਰਿਆ ਮੁੰਡੇ ਨੇ ਵਿੱਕੀ ਆ ਕਲਾਕਾਰ ਕਲਾ ਗਾਉਂਦਾ ਮਾੜੇ ਮੋਟੇ ਬਾਈ ਨੇ ਤਾਂ ਗਾਣੇ ਗੁਣੇ ਵੀ ਸ਼ਾਇਦ ਕਰਾਇਆ ਸੀ ਉਹ ਗੱਡੀ ਲੈ ਕੇ ਖਾਰੇ ਬਰਨਾਲੇ ਤੋਂ ਆਇਆ ਉਹ ਲੈ ਕੇ ਆਇਆ ਬਾਈ ਉਹ ਲੈ ਕੇ ਗਿਆ ਉਹਨੂੰ ਬਾਈ ਖਤਮ ਹੋ ਚੁੱਕਿਆ ਸੀ ਯਾਰ ਇਦੋਂ ਵੱਡੀ ਸ਼ਰਮਨਾਕ ਚੀਜ਼ ਕਿਉਂ ਵੀ ਬੰਦੇ ਯਾਰ ਇੰਨਾ ਇਕੱਠ ਹੋਇਆ ਪਿਆ ਤੇ ਬੰਦੇ ਦੇ ਫਾਇਰ ਵੱਜ ਗਏ ਬੰਦਾ ਸਾਹ ਲਈ ਜਾਂਦਾ ਤੇ ਆਪਾਂ ਚੱਕ ਕੇ ਨਹੀਂ ਜਾਂਦੇ ਨਗਰ ਲਈ ਘਾਟੇ ਵਾਲੀ ਗੱਲ ਆ ਦੇਖੋ ਨਾਮ ਫੇਮਸ ਕਰਤਾ ਮਾਨਸੇ ਦਾ ਤਾਂ ਗੱਡੀ ਨਾਲ ਜੁੜੇ ਮਾਨਸਾ ਨੂੰ ਕੋਈ ਪੁੱਛਦੀ ਨਹੀਂ ਸੀ ਬਾਈ ਵੱਡੇ ਭਾਈ ਜੇ ਆਪਾਂ ਹੁਣ ਕਿਤੇ ਸਰਕਾਰੀ ਧਾਰੇ ਚ ਵੱਗ ਜੀ ਅਸੀਂ ਵੀ ਜਾਣੇ ਹਨਾ ਅਸੀਂ ਜਾ ਕੇ ਜੇ ਪੁੱਛਦੇ ਵੀ ਕਿੱਥੋਂ ਅਸੀਂ ਕਹਿੰਦੇ ਯਾਰ ਬਾਈ ਅਸੀਂ ਮਾਨਸਾ ਤੋਂ ਆ ਵੀ ਮੂਸੇ ਦੇ ਨੇੜੇ ਪਿੰਡ ਆ ਹਨਾ ਅਗਲਾ ਪਹਿਲ ਦੇ ਆਧਾਰ ਤੇ ਕੰਮ ਕਰਦਾ ਨਹੀਂ ਮੇਰਾ ਪਿੰਡ ਵੀ ਆ ਬਾਈ ਸਾਨੂੰ ਪਤਾ ਕੀ ਕਹਿੰਦੇ ਸੀ ਮੇਰੇ ਨਾਲ ਦੇ ਵੀ ਕਹਿ ਦਿੰਦੇ ਨੇ ਕਿ ਬਾਈ ਯਾਰ ਤੁਸੀਂ ਤਾਂ ਬੈਕਵਰਡ ਏਰੀਆ ਦੇ ਇਹ ਚੀਜ਼ ਆ ਬਾਈ ਤੇ ਕਿੱਥੇ ਨਾ ਯਾਰ ਡਰੇਕ ਅੱਜ ਤੱਕ ਡਰੇਕ ਨੇ ਕਿਸੇ ਤੱਕ ਗਾਣਾ ਨਹੀਂ ਕਰਿਆ ਕਿਸੇ ਨਾਲ ਉਹ ਬੰਦੇ ਆ ਪੋਸਟ ਪਾਈ ਸੀ ਵੀ ਗਾਣਾ ਕਰਨਾ ਤਾਂ ਪੰਜਾਬੀ ਕਲਾ ਕਰਾ ਸਿੱਧੂ ਮੂਸੇ ਵਾਲੇ ਨਾਲ ਕਰਨਾ ਇਦੋਂ ਵੱਡੀ ਯਾਰ ਆਪਣੇ ਪੰਜਾਬ ਲਈ ਪ੍ਰਾਪਤੀ ਕੀ ਹੋਊਗੀ ਅੱਜ ਤੱਕ ਬਈ ਕਿਸੇ ਬਾਲੀਵੁੱਡ ਐਕਟਰ ਨੇ ਪੋਸਟ ਪਾਈ ਆ ਸੰਜੇ ਦੱਤ ਨੇ ਪਾਈ ਆ ਸਾਰਿਆਂ ਨੇ ਪਾਈ ਆ ਤੇ ਇਦੋਂ ਵੱਡਾ ਪੰਜਾਬ ਲਈ ਪ੍ਰਾਪਤੀ ਕੀ ਹੋਈ ਯਾਰ ਤੇ ਆਪਾਂ ਇਹ ਸੋਚੋ ਵੀ ਆਪਾਂ ਕੀ ਕਰ ਰਹੇ ਹਾਂ ਆਪਾਂ ਕੀ ਕਰ ਰਹੇ ਹਾਂ ਆਪਾਂ ਬੰਦੇ ਦੇ ਫੈਰ ਵੱਜ ਗਏ ਬੰਦਾ ਸਾਹ ਲਈ ਜਾਂਦਾ ਤੇ ਆਪਾਂ ਕਿਸੇ ਨੇ ਚੱਕਿਆ ਵੀ ਨਹੀਂ ਯਾਰ ਉਹਨੂੰ ਮੇਰਾ ਪਰਿਵਾਰ ਪੂਰਾ ਸਦਮੇ ਦੇ ਵਿੱਚ ਹੈਗਾ 20 ਮਿੰਟ ਤੜਫੇ ਗਿਆ ਵਿਚਾਰਾ ਤਾਂ 20 ਮਿੰਟਾਂ ਦੇ ਵਿੱਚ ਬੰਦਾ ਵੀ ਹਸਪਤਾਲ ਵਾਲੇ ਬਹੁਤ ਕੁਝ ਹੋ ਜਾਂਦਾ ਡਾਕਟਰ ਉਹ ਕਰ ਲਵੇ ਪਰ ਐਡੀ ਯਾਰ ਸ਼ਰਮਨਾਕ ਲੋਕ ਐਡੀ ਲੋਕਾਂ ਦੀ ਜ਼ਮੀਰ ਮਰ ਗਈ ਵੀ ਕਿਸੇ ਨੇ ਚੱਕਿਆ ਵੀ ਨਹੀਂ ਯਾਰ ਬੰਦੇ ਨੂੰ ਐਡੀ ਮਹਾਨ ਫੁੱਟ ਉਹੀ ਗੱਲ ਬਾਈ ਫੋਟੋਆਂ ਕਰਾਉਂਦੇ ਤਾਂ ਆਪਾਂ ਜੇ ਆਉਣੇ ਆ ਜਿਹਦੇ ਬੰਦੇ ਦੇ ਵਿਰਤਾ ਪੈ ਗਈ ਉਦੋਂ ਬਾਈ ਕੋਈ ਨਾਲ ਨਹੀਂ ਖੜਿਆ ਲੋਕ ਲਾਈਵ ਬੋਲ ਲੱਗ ਗਏ ਇਹ ਦੂਤ ਤੇ ਮਰੀ ਜ਼ਮੀਰ ਲੋਕਾਂ ਦੀ ਕੀ ਹੋਈ ਯਾਰ ਸਿਰਫ ਅਸਲਾ ਤਾਂ ਇਹ ਗੱਲ ਕਹਿੰਦਾ ਸੀ ਆਪਣੀ ਰੱਖਿਆ ਲਈ ਠੀਕ ਹੈ ਨਾ ਬਿਲਕੁਲ ਯਾਰ ਲੋਕ ਹੁਣ ਨੰਗਲੰਬੀ ਵਾਲਾ ਮੁੰਡਾ ਮਾਰਿਆ ਉਹਨੇ ਬਾਈ ਕਿਸੇ ਦਾ ਕੀ ਮਾੜਾ ਕਰਤਾ ਸੀ ਕਿੰਨੇ ਪਲੇਅਰ ਨਵੇਂ ਖੜੇ ਕਰਤੇ ਠੀਕ ਹੈ ਆਪ ਘੇਰੀ ਚ ਖੜਦੇ ਨਵੇਂ ਪਲੇਅਰ ਮੌਕਾ ਆਉਂਦਾ ਸੀ ਉਹ ਟੂਰਨਾਮੈਂਟ ਤੇ ਮਾਰਨਾ ਬੰਦਾ ਖਾਲਾ ਜੀ ਦਾ ਬੜਾ ਤੇ ਸਰਕਾਰ ਕੀ ਕਰ ਰਹੀ ਹੈ ਸਰਕਾਰ ਨੂੰ ਵਾਅਦੇ ਕਰਦੀ ਸੀ ਅਸੀਂ ਐ ਚਿੱਟਾ ਖਤਮ ਕਰਦੇ ਮੈਂ ਕਹਿੰਦਾ ਚੌਗੜਾ ਹੋ ਗਿਆ ਓਏ ਕੇਜਰੀਵਾਲ ਦਾ ਕਹਿੰਦਾ ਸਾਨੂੰ ਇੱਕ ਦਿਨ ਚ ਅਸੀਂ ਸਰਵ ਕੇਜਰੀਵਾਲ ਦੇ ਘਰ ਦੇ ਮੂਹਰੇ ਬਖਰਾ
ਕੇਜਰੀਵਾਲ ਦੇ ਘਰ ਦੇ ਮੂਹਰੇ ਬਦਲਾ ਹੋਇਆ ਸੀ, ਕਿੰਨੀ ਸਿਕਿਉਰਿਟੀ ਦੇ ਦਿੱਤੀ ਬਈ ਉਹਨੂੰ? ਠੀਕ ਹੈ, ਜਿਹੜਾ ਬੰਦਾ ਇੱਡੀ ਹਸਤੀ ਜਿਹਨੇ ਪੰਜਾਬ ਦਾ ਨਾਂ ਰੋਸ਼ਨ ਕਰੇ ਵੱਡੇ ਬਈ, ਉਹਦੀ ਸਿਕਿਉਰਿਟੀ ਖੋਲੀ ਯਾਰ, 90 ਪੁਲਿਸ ਕਰਮਚਾਰੀਆਂ ਨੂੰ ਦਿੱਤੇ ਹੋਏ ਜੋ ਖਬਰਾਂ ਚ ਆ ਰਹੇ ਜੀ ਬਾਬੂ ਜੀ, ਆਹ ਚੀਚਾ ਚਾਰ ਸਪੀਰੇ ਚੌਂਕੀ ਜਾ ਉੜ ਗਿਆ ਤੱਕ ਤੇ ਬੰਦਾ ਲੰਘ ਜੂ ਯਾਰ। ਮੇਰੀ ਗੁੜੀਆ ਬਾਈ 3 ਸਾਲ ਦੀ ਆ, ਮੇਰੀ ਗੁੜੀਆ 3 ਸਾਲ ਦੀ ਆ ਬਾਈ, ਮੈਂ ਇੱਥੋਂ ਆਉਂਦਾ ਪਿੰਡ ਮਿਲ ਕੇ ਜਾਂਦੇ ਅਸੀਂ ਤੇ ਉਹ ਪਤਾ ਕੀ ਗੱਲ, ਪਰਸੋਂ ਵੀਡੀਓ ਦੇਖੀ ਫੋਨ ਤੇ, ਪਤਾ ਕੀ ਬੋਲਦੀ ਆ, ਕਹਿੰਦੀ ਡੈਡੀ ਕਹਿੰਦੀ ਨਾ ਮੂਸੇ ਦੇ ਕੇ ਨਾ ਕਹਿੰਦੀ ਠਾ ਕਰਕੇ ਮਾਰਤਾ ਉਹ ਸਾਲਾ ਬਾਈ, ਅੱਖਾਂ ਚੋਂ ਪਾਣੀ ਨਿਕਲਣ ਲੱਗ ਗਿਆ ਵੀ ਯਾਰ, ਜਵਾਕ ਨੂੰ ਵੀ ਪਤਾ ਯਾਰ ਵੀ ਮਾਰਤਾ ਉਹਨੂੰ। ਮੇਰੀ ਖੁਦ ਭਾਜੀ, ਮੈਂ ਭਾਜੀ ਹੋਣਾ ਗੱਡੀ 'ਚ ਆਉਂਦਾ ਜ਼ਿਕਰ ਕਰਦਾ ਸੀ, ਮੇਰੀ ਗੁੱਡੀ ਵੀ 3-3.5 ਸਾਲ ਦੀ ਆ, ਉਹਦੀ ਖਬਰਾਂ ਦੇਖ ਰਹੀ ਮੈਥੋਂ ਆਈ, ਕਹਿੰਦੀ ਪਾਪਾ ਮੂਸੇ ਵਾਲਾ ਕਹਿੰਦੀ ਮਾਰਤਾ ਗੋਲੀਆਂ ਮਾਰ ਕੇ। ਬਾਈ ਉਹਨੇ ਇਹ ਗੱਲ ਕਹੀ ਸੀ, ਕਹਿੰਦਾ ਬਾਈ ਬੱਚਾ ਬੱਚਾ ਫੈਰ ਜੱਟ ਦਾ, ਜਿਹੜੀ ਗੱਲ ਉਹ ਕਹਿੰਦਾ ਸੀ ਸਹੀ ਸੀ, ਅੱਜ ਗੱਲਾਂ ਬਾਈ ਸਾਰੀਆਂ ਸਹੀ ਹੋ ਗਈਆਂ, ਸਾਰੀਆਂ ਸਹੀ ਹੋ ਗਈਆਂ ਬਾਈ ਗੱਲਾਂ, ਸਿੱਧੂ ਮੂਸੇ ਵਾਲਾ ਫੇਰ ਬਾਕੀ ਇਹ ਗੱਲ ਜਿਹੜੇ ਲੋਕ ਕਹੀ ਜਾਂਦੇ ਵੀ ਆਏ ਆ ਤਾਂ ਫਲਾਨਾ ਸੀ ਮਾੜਾ ਤੋਂਕਾ ਸੀਗਾ, ਵਿੱਚ ਬਾਬੇ ਨਾਨਕ ਨੂੰ ਕਿਸੇ ਨੇ ਨਹੀਂ ਬਖਸ਼ਿਆ, ਬਿਲਕੁਲ ਜੀ, ਕਿਸੇ ਨੇ, ਇਹ ਤਾਂ ਆਮ ਇਨਸਾਨ ਸੀ ਯਾਰ, ਚਾਰ ਚੰਗਾ ਕਹਿਣ ਵਾਲੇ ਚਾਰ ਮਾੜਾ ਕਹਿਣ ਵਾਲੇ ਵੀ ਹੁੰਦੇ ਨੇ। ਮੂਸੇ ਵਾਲਾ ਭਾਈ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ, ਇੱਕ ਦੋ ਦਿਨ ਇੰਟਰਵਿਊ 'ਚ ਜਦੋਂ ਹੋਈ ਸੀ ਹੈਗੀ ਵੀ ਗੁਰਬਾਣੀ ਚੱਲਦੀ ਤਾਂ ਉਹਨੂੰ ਵੀ ਡਿਸਲਾਈਕ ਮਾਰ ਜਾਂਦੇ। ਉਹੀ ਗੱਲ ਆ ਨਾ ਬਾਈ, ਉਹੀ ਆਪਾਂ ਐਂ ਕਰਕੇ ਫੋਟੋ ਖਿਚਾਉਣੀ ਬਹੁਤ ਸੌਖੀ ਹੈ, ਪਰ ਜਦੋਂ ਬੰਦੇ 'ਤੇ ਬਿਪਤਾ ਪੈਂਦੀ ਹੈ ਨਾ ਅਸਲ ਦੇ ਵਿੱਚ, ਉਦੋਂ ਪਤਾ ਲੱਗਦਾ ਵੀ ਆਪਾਂ ਫੈਨ ਆ ਯਾਰ। ਹੁਣ ਉਹ ਜਵਾਰ ਕੇ ਪਿੰਡ ਦੇ ਬਾਈ ਲੋਕ ਇੰਨੇ ਸੀਗੇ ਯਾਰ, ਉਹ ਫੋਟੋਆਂ ਖਿਚਾਉਣ ਨਹੀਂ ਆਉਂਦੇ ਸੀ, ਬੰਦੇ ਨੂੰ ਚੱਕ ਵੀ ਸਕਦੇ ਸੀ ਯਾਰ, ਏਦੂ ਵੱਡੀ ਇਨਸਾਨ ਤਾਂ ਕੀ ਹੋਊਗੀ ਜੇ ਆਪਾਂ ਮਰਦਾ ਬੰਦਾ ਬਚਾ ਕੇ ਹਸਪਤਾਲ 'ਚ ਲੈ ਕੇ ਜਾਂਦੇ, ਜਿਹਦੀ ਜਾਨ ਬਚਦੀ ਹੈ, ਏਦੂ ਵੱਡਾ ਪੁੰਨ ਕੋਈ ਨਹੀਂ ਬਾਈ। ਗੱਲ ਭਾਜੀ ਫੇਰ ਉਹੀ ਘੁੰਮ ਫਿਰ ਕੇ ਆਉਂਦੀ ਸਿਕਿਉਰਿਟੀ ਦੀ, ਜਾਣਾ ਮੋਦੀ ਨੂੰ ਕਿਹਾ ਮੈਂ ਵੀ ਇਹ, ਕਹਿੰਦਾ ਵੀ ਆਪਾਂ ਚੱਲਾਂਗੇ ਸੋਮਵਾਰ ਨੂੰ ਤੇ 5:30 ਵਜੇ ਪਤਾ ਲੱਗਿਆ ਵੀ ਆਹ ਗੱਲ ਹੋ ਗਈ। ਟੂਰਨਾਮੈਂਟ ਕਰਾਇਆ ਸੀ ਵੱਡੇ ਮੌੜ ਮੰਡੀ, ਤੇ ਟੂਰਨਾਮੈਂਟ ਵਿੱਚ ਛੱਡ ਕੇ ਵੀ ਘਰੋ ਘਰ ਰੋਟੀ ਨੀ ਚੰਗੀ ਲੱਗੀ ਬਾਈ, ਉੱਥੇ ਰੋਟੀਆਂ ਬਾਈ ਯਾਰ ਰੇੜੀ ਨਹੀਂ ਲਾਈ ਬਾਈ ਮਾਨਸਾ ਕਿਸੇ ਨੇ, ਕਿਉਂ ਬੰਦਾ ਯਾਰ ਅੱਜ ਵੀ ਹੁਣ ਜੀ ਦਿਖਦੇ ਸਾਰੀਆਂ ਦੁਕਾਨਾਂ, ਕਿਸੇ ਨੂੰ ਕੀ ਪਤਾ ਵੀ ਮੂਸੇ ਜਾਂ ਨੇੜੇ ਤੇਰੇ ਪਿੰਡਾਂ ਦੇ ਕਿੰਨੇ ਗਰੀਬਾਂ ਦੇ ਚੁੱਲ੍ਹੇ ਇਹਦੇ ਸਿਰੋਂ ਚੱਲਦੇ ਸੀ। ਠੀਕ ਹੈ, ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਅੱਡ ਘਰੇ ਰਾਸ਼ਨ ਕਿਵੇਂ ਆ ਜਾਂਦਾ ਬਾਈ, ਤੇ ਲੋਕ ਇਹਨੂੰ ਸਰਟੀਫਿਕੇਟ ਵੰਡਦਾ ਵੀ ਗਦਾਰ ਆ ਜੀ ਇਹ ਫਲਾਨਾ ਧੋਕਾ, ਉਹ ਤੁਸੀਂ ਜਾਣਦੇ ਕੀ ਬੰਦੇ ਬਾਰੇ? ਠੀਕ ਹੈ, ਜਿਹੜੇ ਬੰਦੇ ਬਾਰੇ ਜਾਣਦੇ ਨੇ ਆਪਾਂ ਚੱਕ ਕੇ ਮੂੰਹ ਕਹਿ ਰਹੇ ਗਦਾਰ ਆ ਜੀ ਇਹ ਗਦਾਰ, ਦੀਪ ਸਿੱਧੂ ਨੂੰ ਗਦਾਰ, ਦੀਪ ਸਿੱਧੂ ਨੂੰ ਪੋਸਟਾਂ ਪਾਈ ਜਾਂਦੇ ਜੀ, ਮਿਸ ਯੂ ਵੀਰ ਫਲਾਨਾ ਧੋਕਾ ਉਹਨਾਂ ਇਹਨੂੰ ਵੀ ਪਾਈ ਜਾਂਦੇ ਨੇ ਬਾਈ ਦੀਆਂ, ਪਰ ਉਹ ਇਹ ਗੱਲ ਦਾ ਵੀ ਜਿਹੜੇ ਗਦਾਰ ਦੇ ਸਰਟੀਫਿਕੇਟ ਬਣਦੇ ਸੀ ਉਹ ਵੀ ਅੱਜ ਵਿੱਚ ਫਿਰਦੇ ਨੇ। ਸਹੀ ਗੱਲ ਹੈ ਬਾਈ, ਦੇਖੋ ਲੋਕ ਦੋ ਵੇਲੇ ਕਹਿੰਦੇ ਹੁੰਦੇ ਆਪਾਂ ਚੌਗਲੇ ਹੋ ਗਏ ਬਾਈ, ਦੇਖੋ ਚੰਗਾ ਸੀ ਮਾੜਾ ਸੀ ਆਪਣੇ ਮਾਂ ਲਈ ਪਿਓ ਲਈ ਆਪਣਾ ਹੀਰਾ ਪੁੱਤ ਸੀ ਹੈਗਾ ਬਾਈ, ਜਦੋਂ ਮਿਲਦਾ ਸੀ ਉਹਨੇ ਕਦੇ ਇਹ ਨਹੀਂ ਕਿਹਾ ਡਾਕਟਰ ਸਟਾਰ ਜੱਫੀ ਪਾ ਕੇ ਮਿਲਦਾ ਸੀਗਾ, ਉਹਦਾ ਮਾਂ ਪਿਓ ਅੱਡ ਇੱਜ਼ਤ ਕਰਦਾ ਸੀਗਾ। ਠੀਕ ਹੈ ਨਾ, ਕਦੇ ਇਹ ਬੰਦਾ ਇੱਕ ਬੰਦਾ ਕਹਿੰਦੇ ਕੋਈ ਵੀ ਹਾਂ ਯਾਰ ਉਹਨੇ ਕਦੇ ਐਂ ਕਿਹਾ ਵੀ ਉਹ ਮਿਲਦਾ ਨਹੀਂ ਜਾਂ ਆਕੜ ਰੱਖੀ ਹੋਵੇ, ਹੋਰ ਤੁਸੀਂ ਕਲਾਕਾਰ ਕੋਲ ਜਾ ਕੇ ਦਿਖਾਓ, ਬਿਲਕੁਲ ਬਾਹਰ ਨਹੀਂ ਖੋਲਦਾ ਬਾਈ ਕੋਈ ਉਹਨੂੰ, ਸੱਚੀ ਗੱਲ ਆ, ਜਿੰਨਿਆਂ ਨੂੰ ਵੀ ਅੱਜ ਤਕਰੀਬਨ ਬੰਦੇ ਦਾ ਜਨਮ ਦਿਨ ਸੀਗਾ 750 ਬਦਲੇ 800 ਕੇਕ ਸੀਗਾ, ਇੰਨੇ ਲੋਕ ਦੇ ਕੇਕ ਲੈ ਕੇ ਤੇ ਬੰਦੇ ਨੇ ਨਾ ਜਿਹੜੇ ਨਰੇਗਾ ਵਾਲੇ ਮਜ਼ਦੂਰ ਲੱਗੇ ਸੀ ਨੇੜੇ ਤੇਰੇ ਗਰੀਬ ਗੁਰਬੇ ਜਿਹਨਾਂ ਨੇ ਕੇਕ ਕਦੇ ਦੇਖਿਆ ਨਹੀਂ ਸੀਗਾ, ਉਹਨਾਂ ਨੂੰ ਵੰਡ ਕੇ ਆ ਵੀ ਜਾ ਕੇ ਆਪ, ਤੇ ਹਜੇ ਆਪਾਂ ਨੂੰ ਕਈ ਨਗਦਾਰ ਆ ਯਾਰ, ਕਿੰਨੀ ਸੋਚ ਵਧੀਆ ਵੇ ਉੱਥੇ ਉਹਨੇ ਬਾਈ ਇੱਕ ਗੱਲ, ਉਹੀ ਗੱਲ ਦੀਪ ਸਿੱਧੂ ਤੇ ਨੇ ਇੱਕ ਗੱਲ ਕਹੀ ਸੀ, ਕਹਿੰਦਾ ਬਈ ਜੇ ਲੋਕਾਂ ਤੋਂ ਚੰਗਾ ਕਹੋ ਨਾ ਤਾਂ ਮਰਨਾ ਪੈਂਦਾ ਦੀਪ ਸਿੱਧੂ ਮਰ ਗਿਆ ਉਹਨੂੰ ਲੋਕ ਹੁਣ ਚੰਗਾ ਕਹਿੰਦੇ ਨੇ, ਇਹ ਮਰ ਗਿਆ ਬਾਈ ਇਹਨੂੰ ਵੀ ਲੋਕ ਚੰਗਾ ਹੁਣ ਚੰਗਾ ਕਹਿਣ ਲੱਗ ਗਏ, ਨਹੀਂ ਬਣੀ ਵੀਰੇ ਉਹੀ ਗੱਲ ਆ ਵੀ ਚੰਗਾ ਕਹਾਉਣ ਲਈ ਵੱਡੇ ਭਾਈ ਮਰਨਾ ਪੈਂਦਾ, ਇਹ ਗੱਲ ਅੱਜ ਆਪਣੇ ਸਾਹਮਣੇ ਆ, ਜਿਹੜਾ ਸੱਚ ਆ ਉਹ ਸਾਹਮਣੇ ਆਉਂਦਾ। ਸਕਿਉਰਟੀ ਆ ਇਸ ਬੌਂਸਰ ਦੇ ਉੱਤੇ ਜਾਂਦੇ ਸੀ ਇਹਨਾਂ ਨਾਲ, ਜਦੋਂ ਖੁਦ ਸਟੇਜ ਤੇ ਆਏ ਬਾਈ ਨੇ ਪਾਇਲ ਦੀਆਂ ਚੱਪਲਾਂ ਪਾਈਆਂ ਹੋਈਆਂ ਸੀ ਸਿੱਧੂ ਮੂਸੇ ਵਾਲੇ ਨੇ, ਔਰ ਜਦੋਂ ਖੁਦ ਸਟੇਜ ਤੇ ਚੜਿਆ ਸਪਲੈਂਡਰ ਮੋਟਰਸਾਈਕਲ ਦੇ ਵਿਖਾ ਇੱਥੋਂ ਉੱਥੇ ਗਿਆ ਹੋਇਆ ਸੀ, ਜਲੰਧਰ ਦੀ ਗੱਲ, ਯਾਰ ਬਾਈ ਮੈਂ ਇੱਕ ਚੀਜ਼ ਦੇਖੀ ਬੰਦੇ ਦੀ, ਜਦੋਂ ਇੱਥੇ ਲਾਕਡਾਊਨ ਲੱਗਿਆ ਆਪਣੇ ਬੰਦਾ ਆਪਣੇ ਮਿਹਨਤ ਦੇ ਦਮ ਤੇ ਭਾਜੀ ਇੱਥੇ ਆ ਦੇਖ, ਲਾਕਡਾਊਨ ਲੱਗਿਆ ਸੀ ਬਾਈ ਇੱਥੇ, ਠੀਕ ਹੈ ਨਾ, ਲੋਕ ਰੋਟੀ ਵੀ ਨਹੀਂ ਤਰਸਦੇ ਸੀ, ਤੇ ਕਿਸੇ ਬੰਦੇ ਦਾ ਮੂਸੇ ਪਿੰਡ 'ਚ ਕੋਈ ਬੰਦਾ ਕਹਿੰਦੇ ਗਰੀਬ ਗੁਰਬੇ ਸਾਡੇ ਘਰ ਰੋਟੀ ਨਹੀਂ ਪੱਕਦੀ ਸੀਗੀ, ਹਰੇਕ ਦੇ ਘਰੇ ਰਾਸ਼ਨ ਪਹੁੰਚਦੇ, ਹਰੇਕ ਦੇ ਘਰੇ ਸਬਜ਼ੀ ਭਾਜੀ। ਠੀਕ ਹੈ, ਮੈਂ ਖੁਦ ਦੇਖਿਆ ਅੱਖਾਂ ਦੇ ਨਾਲ, ਝਿਰੀ ਲਾਈ ਬੈਠਾ ਸੀ ਬੰਦਾ, ਜਿਹੜੇ ਮਜ਼ਦੂਰ ਸੀ ਉਹ ਚਿੱਬੜਨ ਦੀ ਚਟਨੀ ਲਈ ਬੈਠੇ ਸੀ, ਤੇ ਇਹਦੇ ਕੋਲ ਮੈਂ ਸਾਲ ਵੀ ਮਟਰ ਪਨੀਰ ਦੇ ਪਰੌਂਠੇ ਸੀ ਆਪਦੇ, ਚੱਕ ਕੇ ਉਹਨਾਂ ਨੂੰ ਬਰਾਤੇ ਚਟਨੀ ਆਪ ਲੈਤੀ ਯਾਰ, ਉਹ ਬੰਦਾ ਹੁਣ ਕਿਵੇਂ ਮਾੜਾ ਹੋ ਜਾਊਗਾ, ਉਹ ਬੰਦਾ ਕਿਵੇਂ ਮਾੜਾ ਹੋ ਜਿਹੜਾ ਗਰੀਬਾਂ ਬੰਨੀ ਸੋਚਦਾ ਯਾਰ, ਪਰ ਇਹੀ ਗੱਲ ਆ ਵੀ ਜਿਹੜਾ ਬੰਦਾ ਸੱਚ ਬੋਲਦਾ ਬਈ ਉਹਨੂੰ ਮੌਤ ਹੀ ਮਿਲਦੀ, ਆਪਣੇ ਸਰਕਾਰਾਂ ਨੇ ਇਹੀ ਚੀਜ਼ ਕਰ ਰੱਖੀ ਆ।
ਹੁਣ ਸਿਮਰਜੀਤ ਮਾਨ ਦਾ ਪ੍ਰੋਗਰਾਮ ਰੱਖਣਾ ਸੀਗਾ ਇਹਨਾਂ ਨੇ ਦੂਜੇ ਦਿਨ ਆਹ ਗੱਲ ਹੋ ਗਈ ਇੱਕ ਦਿਨ ਪਹਿਲਾਂ ਗੱਲ ਹੋਈ ਉਹਦੇ ਨਾਲ ਦੂਜੇ ਦਿਨ ਆਹ ਗੱਲ ਹੋਣੀ ਯਾਰ ਇਹ ਤੂੰ ਕੋਈ ਐਂ ਤਾਂ ਹੈ ਨਹੀਂ ਵੀ ਕੋਈ ਕਿਸੇ ਨੂੰ ਪਤਾ ਨਹੀਂ ਗੈਸਟ ਹਾਊਸ ਜੇਲ੍ਹ 'ਚ ਬੈਠਿਆ ਫੋਨ ਕਰਾ ਕੇ ਬਈ ਹਰੇਕ ਨੂੰ ਮਰਵਾ ਆਉਂਦੇ ਆ ਉਹਨਾਂ ਨੂੰ ਕਰਾਉਣਾ ਕੀ 100-100 ਪਰਚੇ ਵੀ ਇਨਕਾਊਂਟਰ ਕਰਕੇ ਪਰਾਂ ਕਰੋ ਠੀਕ ਹੈ ਬਾਈ ਤੂੰ ਤਾਂ ਹਰੇਕ ਦਾ ਫੋਨ ਇਕੱਲਾ ਸੀ ਬਾਈ ਉਹਦੇ ਮਾਂ ਪਿਓ ਨੂੰ ਪਤਾ ਆਪਾਂ ਤਾਂ ਇੱਥੇ ਖੜ ਕੇ ਗੱਲਾਂ ਕਰ ਸਕਦੇ ਹਾਂ ਉਹਦੇ ਮਾਂ ਪਿਓ ਨੂੰ ਪੁੱਛੋ ਇਹਨਾਂ ਨੇ ਕੀ ਦੇਵਤੇ ਬੀਤਦੀ ਆ ਤੇ ਉਹ ਬੈਠੇ ਬਾਈ ਉੱਥੇ ਪੋਸਟਾਂ ਪਾਈ ਜਾਂਦੇ ਆ ਸਰਕਾਰ ਚਾਹੇ ਕੁਛ ਵੀ ਕਰ ਸਕਦੀ ਹੈ ਬਾਈ ਜਦੋਂ ਗੈਂਗਸਟਰ ਵਾਲ ਖਤਮ ਹੁੰਦਾ ਨਾ ਤਾਂ ਕਰ ਸਕਦੀ ਹੈ ਕੁਛ ਪੰਜਾਬ ਸਰਕਾਰ ਦੇ ਹੱਥ 'ਚ ਆ ਵੀ ਪੰਜਾਬ ਨੂੰ ਖੁਸ਼ਹਾਲ ਤੇ ਬਾਹਰ ਕਿਵੇਂ ਕਰਨਾ ਤੇ ਪੰਜਾਬ ਸਰਕਾਰ ਨੂੰ ਕੀ ਕਰਦੀ ਹੈ ਗੈਂਗਸਟਰਵਾਦ ਨਾਲ ਜੁੜੀ ਜਾਂਦੀ ਹੈ ਇਹਦਾ ਬਾਈ ਕੀ ਇਹਨੇ ਕਿਹਦੇ ਗੋਲੀਆਂ ਮਾਰੀਆਂ ਕਿਹੜਾ ਗੈਂਗਸਟਰ ਉਹ ਕਰ ਲਿਆ ਨੇ ਦੱਸੋ ਇੱਕ ਥੱਬਾ ਲਾਉਣ ਦੇ ਚੱਕ ਕੇ ਗੈਂਗਸਟਰਾਂ ਨਾਲ ਜੀ ਆਏ ਸੀ ਸਰਕਾਰ ਤਾਂ ਇਦਾਂ ਲੱਗਦੀ ਹੈ ਜਿੱਦਾਂ ਹੁਣ 15-20 ਸਾਲ ਪਿੱਛੇ ਚਲੇ ਗਈ ਇਹ ਬਹੁਤ ਪਿੱਛੇ ਚੱਲ ਗਈ ਉਮੀਦ ਸੀ ਲੋਕਾਂ ਨੂੰ ਬਾਈ ਬਹੁਤ ਵੱਡੀ ਉਮੀਦ ਸੀ ਲੋਕਾਂ ਨੂੰ ਭਗਵੰਤ ਮਾਨ ਤੋਂ ਵੀ ਕੋਈ ਸੁਧਾਰ ਹੋ ਕੋਈ ਸੁਧਾਰ ਹੋ ਨਸ਼ਾ ਬੰਦ ਕਰ ਦੇ ਕਿਆ ਕਰ ਦਾਂਗੇ ਯਾਰ ਕਿੱਥੇ ਹੋਇਆ ਦੁੱਗਣਾ ਚੌਗਣਾ ਹੋ ਗਿਆ ਵਾਧਾ ਹੋ ਗਿਆ ਦੁੱਗਣਾ ਚੌਗਣਾ ਹੋ ਗਿਆ ਬਾਈ ਦੁੱਗਣਾ ਚੌਗਣਾ ਕਿ ਪਹਿਲਾਂ ਕੁਝ ਹੁੰਦਾ ਹੁਣ ਯਾਰ ਸਾਡੇ ਪਹਿਲਾਂ ਪਤਾ ਕੀ ਗੱਲ ਆ ਸਾਡੇ ਮੋੜ ਮੰਡੀ ਦੇ ਵਿੱਚ 2 ਨੰਬਰ ਦੀ ਦਾਰੂ ਵਿਕਦੀ ਸੀ ਤੇ ਹੁਣ ਬਾਈ ਘਰ ਘਰ ਚਿੱਟਾ ਵਿਕਦਾ ਤੈਨੂੰ ਜੇ ਤੂੰ ਫੋਨ ਕਰਦਾ ਮੈਨੂੰ ਘਰੇ ਫੜਾ ਕੇ ਜਾਣਗੇ ਤੇ ਜੇ ਤੂੰ ਕਹੇ ਮੇਰੇ ਕੋਲ ਪੰਨੀ ਹੈ ਫਿਰ ਇੰਜਨੀ ਹੈਗੀ ਤੇ ਉਹ ਵੀ ਤੈਨੂੰ ਨਾਲ ਲੈ ਕੇ ਜਾਣਗੇ ਮੇਰੇ ਨਾਲ ਚੱਲ ਪੜੋ ਇਹ ਨਹੀਂ ਹੈਗਾ ਮੈਂ ਕਹੇ ਮੇਰੇ ਪੂਰੇ ਭਗਾਈ ਮਰੀ ਜਾਣਾ ਮੇਰੇ ਨਾਲ ਜਦੋਂ ਮਰਜ਼ੀ ਚੱਲ ਪੜੋ ਮੇਰਾ ਨੰਬਰ ਲੈ ਲਿਓ ਸਿਖਰ ਦੁਪਹਿਰੇ ਮੈਂ ਦਿਖਾ ਦੂੰਗਾ ਠੀਕ ਸਾਡੇ ਨਾਲ ਦੇ ਬਹੁਤ ਮੁੰਡੇ ਮਰ ਗਏ ਯਾਰ 2 ਮੁੰਡੇ ਢੱਡਿਆਂ ਤੋਂ ਸੀ ਉਹ ਟੀਕੇ ਲਾ ਕੇ ਮਰ ਗਏ ਤੇ ਪਰ ਸਰਕਾਰ ਨੇ ਯਾਰ ਕੋਈ ਕੁਛ ਵੀ ਨਹੀਂ 250 ਗ੍ਰਾਮ ਕਿਹੜਾ ਜੇਬ 'ਚ ਪਾ ਕੇ ਤੁਰਦਾ ਬਾਈ ਕੋਈ ਨਹੀਂ ਤੁਰਦਾ ਜੀ ਜੇ ਇਹਨਾਂ ਨੇ ਕਾਨੂੰਨ ਬਣਾਇਆ ਹੋਵੇ ਵੀ ਜਦੋਂ ਬਾਈ ਇੱਕ ਬਿੱਟ ਵੀ ਫੜੀ ਗਈ ਉਹਦੇ ਪਰਚਾ ਸਾਰੀ ਉਮਰ ਦਾ ਤੇ ਕੋਈ ਵੇਚ ਕੇ ਦਿਖਾਵੇ ਸਮਾਨਤ ਭਾਜੀ ਵੀ 3 ਮਹੀਨੇ ਤੱਕ ਤਾਂ ਬੰਦਾ ਬਾਹਰ ਕੱਢ ਦਿੰਦੇ ਆ ਕੇ ਫਿਰ ਉਹੀ ਕੰਮ ਜੇ ਇੱਕ ਆਪਣੇ ਲੋਕਾਂ ਦੀ ਵੀ ਕਮੀ ਹੈ ਬਾਈ ਲੋਕਾਂ ਦੀ ਕਮੀ ਇਹ ਆ ਆਪਣੇ ਪਿੰਡ ਦੇ ਜੇ ਇੱਕ ਆ ਨਾ ਤਾਂ ਬੰਦਾ ਤੂੰ ਐਸਾ ਲੋ ਬੀੜੀ ਵੀ ਨਹੀਂ ਦੇ ਸਕਦਾ ਦੁਕਾਨ ਤੇ ਇੱਕ ਰਾਜੂ ਸਰਪੰਚ ਨੇ ਚਿੱਟੇ ਵਾਲਾ ਮਾਰਿਆ ਸੀਗਾ ਭਾਗੀ ਬੰਦਰ ਗੋਲੀ ਲੈ ਕੇ ਦਿਖਾਵੇ ਕੋਈ ਉਥੋਂ ਬਿਲਕੁਲ ਕੋਈ ਨਸ਼ੇ ਵਾਲੀ ਗੋਲੀ ਵੀ ਨਹੀਂ ਮਿਲਦੀ ਇੱਕ ਬੰਦੇ ਦੇ ਲੱਤਾਂ ਤੋੜ ਕੇ ਚੌਂਕ ਸਿੱਟੀਆਂ ਹੁਣ ਚਿੱਟੇ ਵਾਲੇ ਨੇ ਤੇ ਗੁਰਦੁਆਰੇ ਬੁਲਾਇਆ ਹੋਵੇ ਵੀ ਜਿਹੜਾ ਚਿੱਟਾ ਵੇਚਦਾ ਫੜ ਲਿਆ ਸੀ ਆਹ ਹਾਲ ਕਰਾਂਗੇ ਤੂੰ ਵੇਚ ਕੇ ਦਿਖਾਵੇ ਪਰ ਲੋਕ ਇਹ ਗੱਲ ਕਹਿੰਦੇ ਬਾਈ ਤੇਰੇ ਘਰੇ ਅੱਗ ਲੱਗਦੀ ਆਪਾਂ ਕੀ ਲੈਣਾ ਇਹ ਨਹੀਂ ਦੇਖਦੇ ਵੀ ਇਹਦੇ ਘਰੇ ਅੱਗ ਲਾਈਏ ਤਾਂ ਆਪਣੇ ਘਰੇ ਵੀ ਆਊ ਬਾਈ ਉਹ ਹੁਣ ਭਾਜੀ ਇਹ ਚੀਜ਼ ਨਹੀਂ ਸੋਚਦੇ ਫੈਕਟਰੀਆਂ ਦੇ ਆਪਾਂ ਦੇਖਦੇ ਹੀ ਆ ਰੂਲ ਹੈਗੇ ਆ ਚੋਰੀ ਕਰਦਾ ਕੋਈ ਕਰਦਾ ਉਂਗਲੀਆਂ ਕੱਟ ਦਿੰਦੇ ਆ ਤੜਫਾ ਤੜਵਾ ਕੇ ਮਾਰਦੇ ਚੌਂਕ ਦੇ ਵਿੱਚ ਉੱਥੇ ਹੈਗੀ ਕੋਈ ਬਹੁਤੀ ਇਦਾਂ ਦੀ ਕੋਈ ਗੱਲਬਾਤ ਹੈਗੀ ਆਪਣੇ ਤਾਂ ਯਾਰ ਕਾਨੂੰਨ ਨਾਲ ਦੀ ਕੋਈ ਚੀਜ਼ ਹੀ ਨਹੀਂ ਬਾਈ ਜਾਂਦਾ ਹੈਗਾ ਪਰ ਮੁੰਡਾ ਸਰਿੰਜ ਵਿੱਚ ਲੱਗੀ ਹੁੰਦੀ ਆ ਬੋਡੀ ਥੱਲੇ ਡਿੱਗੀ ਹੁੰਦੀ ਆ ਨਸ਼ੇ ਕਰਦਾ ਹੁਣ ਨਵੀਂ ਸਰਕਾਰ ਬਣੀ ਤੋਂ ਬਾਅਦ ਦੇਖ ਲੈ ਕਿੰਨੀਆਂ ਵੀਡੀਓ ਆ ਗਈਆਂ ਬਈ ਮੁੰਡਿਆਂ ਦੀਆਂ ਇੱਕ ਮੁੰਡਾ ਰੋਟੀ ਖਾਈ ਜਾਂਦਾ ਮੰਜੇ 'ਤੇ ਡੇਢਾ ਹੋ ਗਿਆ ਇੱਕ ਡੱਗੀ 'ਚ ਡਿੱਗਿਆ ਪਿਆ ਇੱਕ ਸਾਡੇ ਘੁੰਮਣ ਦਾ ਮੁੰਡਾ ਪਰਸੋਂ ਜਿੱਥੇ ਦੀ ਗੱਲ ਆ ਟੀਕਾ ਲਾ ਕੇ ਉਹ ਮਰ ਗਿਆ 2 ਪਹਿਲਾਂ ਸੀ ਘਮਿਆਰਾਂ ਦੇ ਮੁੰਡੇ 1 ਸਾਲ ਪਹਿਲਾਂ ਮਰ ਗਿਆ ਦੂਜੇ ਸਾਲ ਬਾਅਦ ਮਰ ਗਿਆ ਤੇ ਜਵਾਕ ਉਹਨਾਂ ਦੇ ਬਈ ਨਿਗੇ ਨਿਗੇ ਨੇ ਤੇ ਘਰੇ ਉਹਨਾਂ ਦੇ ਕਮਾਉਣਾ ਨਹੀਂ ਰਿਹਾ ਕੋਈ ਉਹੀ ਭਾਜੀ ਸਜ਼ਾ ਹੈ ਨਾ ਥੋੜੀ ਜਿਹੀ ਰੱਖਣੀ ਚਾਹੀਦੀ ਹੈ ਹੁਣ ਇਹਨਾਂ ਨੂੰ ਪਤਾ ਹੀ ਆ ਕਿ ਹਾਂ 2-3 ਮਹੀਨੇ ਬਾਅਦ ਬਾਹਰ ਆ ਹੀ ਜਾਣਾ ਯਾਰ ਸਰਕਾਰ ਅੰਨੀ ਤਾਂ ਨਹੀਂ ਹੈਗੀ ਸਰਕਾਰ ਨੂੰ ਦੀ ਨਾ ਨਹੀਂ ਵੀ ਕੀ ਹੋਈ ਜਾਂਦਾ ਹੁਣ ਜਿਹੜੇ ਹਥਿਆਰ ਭਾਈ ਇਹਨੂੰ ਆਇਆ ਇਹ ਹੁਣ ਤੂੰ ਲੰਘ ਜਾ ਤੇਰੇ ਕੋਲੇ ਮੰਨ ਲਾ ਕੋਈ ਕੋਈ ਨਸ਼ਾ ਲਾ ਲਾ ਕਿਸੇ ਚੌਂਕੀ ਤੇ ਤੈਨੂੰ ਕਢਾ ਲਿਆ ਤੇਰੇ ਤੇ ਜਾ ਕੇ ਪਰਚਾ ਪਾਉਣਗੇ ਬਈ ਐਡੇ ਵੱਡੇ ਬਾਹਰ ਲਿਆ ਉਸਨੇ ਕਿਵੇਂ ਲੰਘੇ ਯਾਰ ਕਿਤੋਂ ਤਾਂ ਆਈ ਨੇ ਉਹ ਦੱਸਦੇ ਸੋਸ਼ਲ ਮੀਡੀਆ ਦੇ ਵਿੱਚ ਹੁਣ ਤੁਸੀਂ ਇਹ ਦੇਖ ਲਓ ਵੀ ਮਾਨ ਸਾਹਿਬ ਵੱਡੇ ਭਾਈ ਇੱਥੇ ਤੇ ਉਹ ਕਿਹੜਾ ਵੀ ਤਾਂ ਆਇਆ ਵੀ ਦਿੱਲੀ ਤੋਂ ਆ ਕੇ ਤੁਰਤ ਪੈਰੀ ਗਾਰ ਮਾਰ ਗਏ ਪਹਿਲਾਂ ਇੱਥੇ ਕਿੰਨੇ ਦਿਨਾਂ ਦੇ ਫਿਰਦੇ ਨੇ ਉਹ ਕੋਈ ਸਰਕਾਰ ਦਾ ਧਿਆਨ ਹੀ ਨਹੀਂ ਹੈਗਾ ਕੋਈ ਪੁਲਿਸ ਪ੍ਰਸ਼ਾਸਨ ਦਾ ਧਿਆਨ ਹੈਗਾ ਵੀ ਇੱਥੇ ਯਾਰ ਤੁਰੇ ਫਿਰਦੇ ਆ ਕਿੰਨੇ ਬੰਦੇ ਐ ਥੋੜੇ ਵੀ ਤੁਰਤ ਪੈ ਰਹੇ ਆ ਬਿਲਕੁਲ ਉਹ ਬਹੁਤ ਚਿਰ ਦੇ ਟ੍ਰੈਪ ਲਾਈ ਜਾਂਦੇ ਵੀ ਬੰਦੇ ਦੇ ਪ੍ਰਸ਼ਾਸਨ ਤੋਂ ਕੀ ਮੰਗਦਾ ਬੰਦਾ ਪ੍ਰਸ਼ਾਸਨ ਨੂੰ ਤਾਂ ਇਹੀ ਮੰਗ ਕਰਦੇ ਆ ਵੀ ਬਾਈ ਜਿਹੜਾ ਇਨਸਾਫ ਉਹ ਕਰਿਆ ਜਾਵੇ ਜਿਹੜੇ ਦੋਸ਼ੀ ਨੇ ਅਸਲ ਦੇ ਵਿੱਚ ਉਹਨਾਂ ਨੂੰ ਫੜਿਆ ਜਾਵੇ ਤੇ ਬਣਦੀ ਕਾਰਵਾਈ ਹੋਵੇ ਪਰਿਵਾਰ ਨੂੰ ਇਨਸਾਫ ਮਿਲੇ ਇਹ ਥੋੜੀ ਆ ਵੀ ਬਾਈ ਜਿਹੜਾ ਫਾਲਤੂ ਬੰਦਾ ਫੜ ਕੇ ਚੱਕ ਕੇ ਇੱਕ ਖਾਨਾ ਪੂਰਤੀ ਕਰਤੀ ਵੀ ਖਾਨਾ ਪੂਰਤੀ ਕਰਤੀ ਵੀ ਜੀ ਉੱਤਰਾਖੰਡ ਤੋਂ ਬੰਦੇ ਚੱਕ ਲਏ ਕੋਈ ਦਿੱਲੀ ਤੋਂ ਕਹਿ ਰਿਹਾ ਵਾ ਕੋਈ ਉਧਰੋਂ ਕਹਿ ਰਿਹਾ ਵਾ ਖਾਨਾ ਪੂਰਤੀ ਬਾਈ ਉਹ ਚੀਜ਼ ਨਹੀਂ ਹੈਗੀ ਬੰਦਾ ਉਧਰ ਤੋਂ ਚੱਕਿਆ ਵਾ ਪਤਾ ਨਹੀਂ ਲੱਗ ਰਿਹਾ ਹਾਲੇ ਕੀ ਬੰਦਾ ਇੱਥੋਂ ਤੁਸੀਂ ਇਹ ਗੱਲ ਦੋ ਵੀ ਇੰਨੀਆਂ ਚੌਂਕੀਆਂ ਨੇ ਯਾਰ ਮਾਰ ਕੇ ਬੰਦੇ ਸ਼ਰੇ ਆਮ ਕੰਧਾਂ 'ਚ ਹਜੇ ਗੋਲੀਆਂ ਪਈਆਂ ਨੇ ਜਾ ਕੇ ਦੇਖੋ ਬਾਈ 25-30 ਗੋਲੀਆਂ ਗੇਟਾਂ ਦੇ ਵਿੱਚ ਪਈਆਂ ਨੇ ਤੇ ਦਾੜ ਗੋਲੀਆਂ ਚੱਲੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਕੋਈ ਸੁੱਤੇ ਪਏ ਨੇ ਅੱਧੇ ਪੁਲਿਸ ਮੁਲਾਜ਼ਮ ਨੂੰ 100 ਦੇ ਵਿੱਚੋਂ ਚਿੱਟਾ ਲਾਉਂਦੇ ਨੇ ਬਾਈ ਹੁਣ ਵੀ ਟੈਸਟ ਕਰਾ ਲਿਓ ਮੂੰਹ ਤੇ ਥੁੱਕ ਦਿਓ ਵੀਡੀਓ ਦੇ ਸਾਹਮਣੇ ਕਹਿਣਾ ਜਾ ਕੇ ਕਿਸੇ ਮਰਜ਼ੀ ਰੰਗ ਦਾ ਲਾ ਲਓ ਜਿਹੜੇ ਨਵੀਂ ਮੜੀਰ ਭਰਤੀ ਹੋਏ ਜੇ ਨਾ ਚਿੱਟਾ ਲਾਉਂਦੇ ਹੁਣ ਆਪਣੇ ਮੂੰਹ ਤੇ ਥੁੱਕ ਦਿਓ ਪਰ ਇਹ ਗੱਲ ਆ ਵੀ ਸੱਚ ਕੋਈ ਬੋਲਦੇ ਹੀ ਨਹੀਂ ਵੀ ਆਪਾਂ ਕਹਿੰਦੇ ਵੀ ਯਾਰ ਆਪਾਂ ਨੂੰ ਕੀ ਯਾਰ ਉਹਦਾ ਮਰਦਾ ਮਰੀ ਜਾਣ ਦੇ ਅਸੀਂ ਜਦੋਂ ਹੁਣ ਦਰਸ਼ਨ ਕਰਕੇ ਆਉਂਦੇ ਹਾਂ ਨਾ ਬਾਈ ਦੇ ਅੰਦਰ ਧੱਕਾ ਮੁੱਕੀ ਨਾ ਸਾਰਾ ਸਾਡਾ ਭੱਜ ਗਿਆ ਭਾਈ ਇੰਨੋ ਗਰਮੀ ਗਰਮ
ਚੱਕ ਕੇ ਉਹ ਕਰ ਦੇਣਗੇ ਤੇ ਜਦੋਂ ਅਸੀਂ ਅੰਤਮ ਦਰਸ਼ਨ ਕਰਨ ਲਈ ਗਏ ਹਨਾ ਭਾਜੀ ਉਹ ਪੁਲਿਸ ਮੁਲਾਜ਼ਮ ਨੇ ਇੱਕ ਮੁੰਡੇ ਨੂੰ ਰੋਕ ਦਿੱਤਾ ਕਹਿੰਦਾ ਨਹੀਂ ਫੋਟੋ ਨਹੀਂ ਖਿੱਚਣੀ ਤੇ ਵਿਜੇ ਕੀ ਕਹਿੰਦਾ ਸੀ ਮੁੰਡਾ ਹੈਗਾ ਉਹ ਮੁੰਡਾ ਕਹਿੰਦਾ ਜਦੋਂ ਸਾਡੇ ਕਰਨ ਦਾ ਮੌਕਾ ਸੀਗਾ ਕਹਿੰਦਾ ਉਦੋਂ ਤੁਸੀਂ ਕੁਛ ਕੀਤਾ ਨਹੀਂ ਕਹਿੰਦਾ ਹੁਣ ਤੁਸੀਂ ਇੱਥੇ ਗਰੀਬਾਂ ਦੇ ਕਹਿੰਦਾ ਰੋਹ ਮਾਰੀ ਜਾਂਦੇ ਕਹਿੰਦਾ ਜਦੋਂ ਤੁਸੀਂ ਕਰਨਾ ਸੀ ਉਦੋਂ ਕੁਛ ਕੀਤਾ ਨਹੀਂ ਬਾਈ ਜਮਾਂ ਸਹੀ ਗੱਲ ਆ ਯਾਰ ਜਦੋਂ ਸਿੱਧੂ ਮੂਸੇਵਾਲੇ ਦੇ ਡੈਡੀ ਨੇ ਖੁਦ ਕਿਹਾ ਕਹਿੰਦਾ ਨਹੀਂ ਫੋਟੋ ਖਿੱਚ ਲੈਂਦੇ ਕਹਿੰਦਾ ਉਹਨੂੰ ਕਰਨ ਦਿਓ ਮੁੰਡਾ ਖੜ ਕੇ ਫੋਟੋ ਕਰਾ ਕੇ ਗਿਆ ਹਾਂਜੀ ਪੁਲਿਸ ਵਾਲਾ ਉੱਥੇ ਡਾਕੇ ਮਾਰਨ ਲੱਗਿਆ ਵਾ ਮੁੰਡਾ ਕਹਿੰਦਾ ਜਦੋਂ ਕਰਨਾ ਸੀ ਤੁਸੀਂ ਉਦੋਂ ਕੁਛ ਕੀਤਾ ਨਹੀਂ ਬਾਈ ਉਹੀ ਗੱਲ ਆ ਜਿੱਥੇ ਭੈਜੇ ਫੋਕੇ ਤੇ ਡਾਕੇ ਮਾਰੀ ਜਾਂਦੇ ਤੁਸੀਂ ਵੀਰ ਮੇਰਿਆ ਉਹੀ ਗੱਲ ਆ ਨਾ ਹੁਣ ਚਲਾਣਾ ਦੀ ਗੱਲ ਲਾ ਲਾ ਹੁਣ ਜਦੋਂ ਆਪਣੇ ਚਲਾਨ ਕੱਟਦੇ ਆ ਵਿੱਚ ਜਗਾੜੀ ਇਹ ਕਿਹੜਾ ਲੰਘਦੇ ਨਹੀਂ ਜਗਾੜੀ ਲੰਘਦੇ ਨਹੀਂ ਉਹਨਾਂ ਦੇ ਕਦੇ ਚੈੱਕ ਹੁੰਦੀ ਹੈ ਕਿਸੇ ਜਗਾੜੀ ਦੀ ਸਾਡੇ ਪਿੰਡ ਜਾ ਕੇ ਦੇਖ ਲਓ ਬਾਈ ਮੋਟਰਸਾਈਕਲ ਦੇ ਨੰਬਰ ਵੀ ਇਹ ਨਹੀਂ ਜਿਹੜਾ ਚਿੱਟਾ ਵੇਚਦੇ ਨੇ ਜਗਾੜੀ ਦੇ ਭਾਈ ਐਮਸੀ ਦੇ ਬੁੱਟੇ ਦੇ ਬੰਦਾ ਖੜਾ ਹੋ ਗਿਆ ਇੱਕ ਚਿੱਟਾ ਵੇਚਦਾ ਉਹ ਨੰਬਰ ਮੋਟਰਸਾਈਕਲ ਮੇਰੇ ਕੋਲ ਮੋਟਰਸਾਈਕਲ ਮੈਂ ਕਿਸ਼ਤਾਂ ਤੇ ਲੈਤਾ ਸੀਗਾ ਨਗਰ ਕੌਂਸਲ 'ਚ ਮੈਂ ਲੱਗਿਆ ਮੋਟਰਸਾਈਕਲ ਮੈਨੂੰ ਦਾ ਵਾਰੀ ਘੇਰ ਲਿਆ ਮੈਂ ਕਿਹਾ ਕਿਹਾ ਮਾਈ ਤੁਸੀਂ ਮੈਨੂੰ ਤਾਂ ਕਿਹਾ ਕੂਏ ਨੂੰ ਚਲਾਉਣ ਵੀ ਕੱਟ ਦਿਓ ਮੇਰੀ ਵੀ ਗਲਤੀ ਨੰਬਰ ਪਲੇਟ ਨਹੀਂ ਲਵਾਈ ਕਿਉਂ ਕਿਸ਼ਤ ਵਾਲੇ ਮੋਟਰਸਾਈਕਲ ਕਾਪੀ ਨਾਲ ਨੰਬਰ ਪਲੇਟ ਲੱਗਦੀ ਨਹੀਂ ਬਾਈ ਮੈਂ ਕਿਹਾ ਚਿੱਟੇ ਵਾਲੇ ਬਾਈ ਬਿਨਾਂ ਨੰਬਰ ਪਲੇਟਾਂ ਦੇ ਮੋਟਰਸਾਈਕਲ ਲਈ ਫਿਰਦੇ ਆ ਯਾਰ ਉਹਨਾਂ ਨੂੰ ਕੋਈ ਫੜਦੇ ਨਹੀਂ ਕੋਈ ਬੁੜੀ ਠੇਰੀ ਹੈ ਕੋਈ ਪੈਨਸ਼ਨ ਕਢਾ ਕੇ ਲੈਂਦੀ ਬੈਂਕ 'ਚੋਂ ਕੋਈ ਕੁਛ ਕਰਦੀ ਹੈ ਸਾਡੇ ਮੌੜ ਦੇ ਵਿੱਚ ਗੇੜਾ ਨਹੀਂ ਖਾਣ ਦਿੰਦੇ ਬਾਈ 7 ਵਜੇ ਤੋਂ ਬਾਅਦ ਤੇਰੇ ਕੰਨੋਂ ਲਾ ਲਿਆ ਕਿ ਤੇਰੇ ਕੋਲ ਮੋਬਾਈਲ ਕੁਛ ਹੀ ਹੈ ਤੈਨੂੰ ਫੋਨ ਆ ਪਊ ਬਾਈ ਚਾਹੇ ਖਾਲੀ ਲੈ ਤੂੰ ਤਾਂ ਡਰ ਜਾਏਗਾ ਯਾਰ ਵੀ ਭਾਈ ਤਾਂ ਗੋਲੀ ਮਾਰਨ ਇਹ ਚੱਕਰ ਆ ਨਾ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਤੇ ਰੋਹ ਮਾਰਨ ਖਾਤਰ ਹੀ ਇਕੱਲਾ ਜਿੱਥੇ ਇਹਨਾਂ ਨੇ ਕੋਈ ਕਾਰਵਾਈ ਕਰਨੀ ਉੱਥੇ ਜਮ੍ਹਾਂ ਨਹੀਂ ਕਰਦੇ ਹੁਣ 2-3 ਦਿਨ ਹੋ ਗਏ ਹਾਲੇ ਤੱਕ ਵੀ ਦੋਸ਼ੀ ਫੜੇ ਹੁਣ ਲਾਰਸ ਬਿਸ਼ਨੋਈ ਨੇ ਬਾਈ ਪੋਸਟ ਪਾਤੀ ਵੀ ਮੈਂ ਮਾਰਿਆ ਜਾਇਆ ਕਰਾਂ ਗੋਲਡੀ ਬਰਾਂ ਨੇ ਪਾਤੀ ਜੇ ਪੁਲਿਸ ਚਾਹੇ ਗੋਲਡੀ ਬਰਾਂ ਕਿਹੜਾ ਬਾਹਲੀ ਦੂਰ ਬੈਠਾ ਬਾਈ ਬਿਲਕੁਲ ਸਹੀ ਗੱਲ ਆ ਬਾਈ ਕੈਨੇਡਾ ਚੋਂ ਲਿਆ ਕੇ ਠੋਕਣੇ ਤੇ ਲੋਕਾਂ ਸਾਹਮਣੇ ਵੀ ਐਨਕਾਊਂਟਰ ਕਰਦੇ ਆ ਅਸੀਂ ਸਿੱਧਾ ਕਹਿ ਕੇ ਤੁਸੀਂ ਐ ਕਰੋ ਦੋ ਬੰਦੇ ਦਾ ਐਨਕਾਊਂਟਰ ਹੋਵੇ ਸਿੱਧਾ ਵਿੱਚੇ ਵਿੱਕੀ ਕਾਊਂਟਰ ਦਾ ਜਾ ਜੈਪਾਲ ਭੁੱਲਰ ਦਾ ਬਾਈ ਕਿੱਥੇ ਜਾ ਕੇ ਮਾਰਤਾ ਕਿੱਥੇ ਜਾ ਕੇ ਮਾਰਤਾ ਫੇਰ ਹੁਣ ਉਹ ਪਟੀਸ਼ਨਾਂ ਪਾਈ ਜਾਂਦਾ ਗਾ ਲਾਰੂ ਪਿਛਲੋ ਵੀ ਅਗਲੇ ਜੀ ਮੇਰਾ ਐਨਕਾਊਂਟਰ ਹੋਊਗਾ ਉਹ ਜਦੋਂ ਮਾਵਾਂ ਦੇ ਪੁੱਤ ਮਰੀ ਜਾਂਦੇ ਯਾਰ ਠੀਕ ਹੈ ਤੈਨੂੰ ਉਹਨਾਂ ਦੀ ਜਾਂਦਾ ਸਰਸਾ ਹੋਗਾ ਬਾਈ ਉਹ ਕਿਹਦਾ ਪੁੱਤ ਆ ਕਿਹਦਾ ਪੁੱਤ ਨਹੀਂ ਸੀਗਾ ਨੰਗਲ ਮੇਲੇ ਜਵਾਕ ਦੇ ਕੇ ਰੋਣ ਆਉਂਦਾ ਬਾਈ ਨਿੱਕੇ ਨਿੱਕੇ ਜਵਾਕ ਨੇ ਫੇਰ ਸਰਕਾਰ ਨੇ ਚੱਕ ਕੇ ਦੀਪ ਸਿੱਧੂ ਦਾ ਮਿੰਟ ਚ ਸੰਸਕਾਰ ਕਰਤਾ ਕੋਈ ਕਾਰਵਾਈ ਹੋਈ ਅਜੇ ਤੱਕ ਕੋਈ ਨਹੀਂ ਹੋਈ ਯਾਰ ਬੀਆਈਪੀ ਕਲਚਰ ਭਗਵੰਤ ਮਾਨ ਕਹਿੰਦਾ ਖਤਮ ਕਰਤਾ ਤੇ ਪੋਸਟਾਂ ਕਿੱਥੋਂ ਪੈ ਰਹੀਆਂ ਨੇ ਬਾਈ ਉਹ ਬਾਈ ਫੋਨ ਕੋਈ ਆਏ ਤਾਂ ਹੈ ਨੀ ਤੂੰ ਮਿਲਣ ਵਾ ਕੇ ਤੂੰ ਬੜਾਇਆ ਜਾਂਦੇ ਤਾਂ ਕਿਸੇ ਦੇ ਥਰੂ ਹੀ ਆ ਪ੍ਰਸ਼ਾਸਨ ਦੇ ਥਰੂ ਹੀ ਜਾਂਦੇ ਨੇ ਇੱਥੇ ਕਿਸੇ ਪੁਲਿਸ ਵਾਲੇ ਸਾਹਮਣੇ ਗੱਲ ਕਰਨ ਲੱਗ ਜਾ ਰੋਹ ਮਾਰਨਗੇ ਵੀ ਜਿੱਥੇ ਉਹੀ ਗੱਲ ਕੈਮਰਾ ਚੱਲੇ ਹੁਣ ਕੀ ਕਹਿਣਾਗਾ ਵੀ ਜਿੱਥੇ ਤੁਸੀਂ ਕੁਛ ਕਰ ਲਓ ਉੱਥੇ ਤਾਂ ਯਾਰ ਕਰਦੇ ਨਹੀਂ ਹੈਗੇ ਉੱਥੋਂ ਪੈਸਾ ਮਿਲਦਾ ਇਹਨਾਂ ਨੂੰ ਵਰਦੀ ਦਾ ਰੂਪ ਚੜਦੇ ਆ ਭਾਜੀ ਵਰਦੀ ਲਾ ਕੇ ਆਂ ਤਾਂ 2-3 ਮੁੰਡੇ ਸੈਟ ਵੀ ਦਿੰਦੇ ਆ ਯਾਰ ਤੂੰ ਬਾਰੀ ਗੱਲ ਤਿੰਨ ਜਾਣੇ ਮੋਟਰਸਾਈਕਲ ਤੇ ਚੜ ਕੇ ਥਾਣੇ 'ਚ ਵਾਜਿਆ ਤੈਨੂੰ ਕੁੱਟਣ ਤੱਕ ਜਾਣਗੇ ਕਿੱਦਾਂ ਹੀ ਜਿਵੇਂ ਬਾਹਰਲੇ ਦੇਸ਼ਾਂ 'ਚ ਜਿਵੇਂ ਕਵਾਇਤ ਮੰਨ ਲਾ ਉੱਧਰ ਆ ਕੇ ਸੌ ਜਿਹੜੇ ਆਪਣੇ ਅਰਬ ਦੇਸ਼ ਆ ਗਏ ਉੱਥੇ ਹੀ ਕਰਦੇ ਨੇ ਜੇ ਕੋਈ ਬਲਾਤਕਾਰੀ ਆ ਨਾਲ ਦੇ ਨਾਲ ਗਲਾ ਵੜਤਾ ਠੀਕ ਆ ਬਸ ਆਪਣੇ ਦੱਸੋ ਯਾਰ ਕਿਹੜਾ ਕਾਨੂੰਨ ਆ ਇੱਥੇ ਕੋਈ ਬੰਦਾ ਤੁਰੇ ਜਾਂਦੇ ਬੰਦੇ ਨੂੰ ਮਾਰ ਗਏ ਭੈਣ 'ਚ ਉਹੀ ਗੱਲ ਆ ਬਾਈ ਗੈਂਗਲੈਂਡ ਵਾਲਾ ਕੰਮ ਹੀ ਹੋ ਗਿਆ ਪਿੰਡ ਦੇ ਕੋਲੇ ਬੰਦਾ ਮਾਰ ਗਿਆ ਕੋਈ ਪੁਲਿਸ ਪ੍ਰਸ਼ਾਸਨ ਨੂੰ ਸੂਹ ਨਹੀਂ ਗੱਲ ਦੀ ਹਜੇ ਲੋਕ ਆਪਣੇ ਲੋਕਾਂ ਦੀ ਜ਼ਮੀਰ ਦੇਖ ਲਓ ਬਾਈ ਲੋਕ ਕਹੀ ਜਾਂਦੇ ਆ ਕਿ 5 ਮਿੰਟਾਂ 'ਚ ਐਸ ਐਚ ਓ ਆ ਗਿਆ ਕਿੱਥੇ ਆਇਆ ਸੀ ਬਾਈ ਕਿਤੇ ਵੀਡੀਓ ਦੇਖਿਆ ਲਾਏ ਬਾਈ ਬੜੇ ਲੋਕ ਆ 20-25 ਮਿੰਟ ਦੀ ਵੀਡੀਓ ਆ ਕਿਤੇ ਕੋਈ ਪੁਲਿਸ ਵਾਲਾ ਦੇਖਿਆ ਬਾਈ ਯਾਰ ਆਪਣੇ ਤਾਂ ਅਸਲ ਦੇ ਵਿੱਚ ਬਾਹਰ ਕਿਉਂ ਜਾਈ ਜਾਂਦੇ ਨੇ ਹੁਣ ਮੈਂ ਆਪਣਾ ਜਵਾਕ ਆ ਮੈਂ ਮੇਰਾ ਮਾਂ ਪਿਓ ਕਹਿੰਦਾ ਵੀ ਯਾਰ 12ਵੀਂ ਕਰਾ ਕੇ ਆਈਲੈਟਸ ਕਰਾ ਕੇ ਬਾਹਰ ਭੇਜ ਦਿਓ ਕਿੱਲਾ ਵਿਕ ਜੂ ਜਾ ਕੇ ਕਮਾਲੂ ਦੁਆਰੇ ਬਣ ਜੂ ਇੱਥੇ ਬਾਈ ਪੁੱਠੇ ਕੰਮਾਂ 'ਚ ਪੈ ਗਿਆ ਨਸ਼ੇ ਪੱਤੇ 'ਚ ਮਹੀਨਾ ਲਓ 2 ਮਹੀਨੇ ਲਓ ਟੀਕਾ ਲਾ ਕੇ ਮਰ ਗਿਆ ਮਾਂ ਪਿਓ ਕੀ ਕਰੂ ਹੁਣ ਬਾਈ ਇਹਨਾਂ ਦਾ ਕੌਣ ਸਹਾਰਾ ਇਹ ਦੇਖ ਲਓ ਕਿੱਥੋਂ ਬੰਦਾ ਆ ਕੇ ਯਾਰ ਬੰਬੇ ਰਹਿ ਸਕਦਾ ਕਿਤੇ ਬਾਹਰ ਵੀ ਰਹਿ ਸਕਦਾ ਜੀ ਪਰ ਬੰਦੇ ਨੇ ਆਪਦੀ ਮਿੱਟੀ ਨਾਲ ਜੁੜਿਆ ਕਹਿੰਦਾ ਵੀ ਹੁੰਦੇ ਕਹਿੰਦਾ ਮੈਂ ਆਪਦੀ ਮਿੱਟੀ ਨਾਲ ਜੁੜਿਆ ਆਹ ਬੈਠਾ ਸੀ ਇੱਥੇ ਬਾਈ ਪਰ ਸਰਕਾਰ ਨੂੰ ਉਹੀ ਗੱਲ ਸਿਆਸਤ 'ਚ ਲਿਆ ਕੇ ਬੰਦੇ ਨੂੰ ਕਿੱਥੋਂ ਕਿੱਥੋਂ ਦੀ ਕਿੱਥੇ ਲਿਆ ਕੇ ਕਿੱਥੇ ਮਾਰਿਆ ਇਹ ਸਭ ਸਰਕਾਰਾਂ ਦੀਆਂ ਚੱਲ ਨੇ ਸਿਆਸੀ ਚੱਲ ਆਈਆਂ ਜੀ ਇਹ ਤਾਂ ਸਾਰੀਆਂ ਮੈਂ ਮੈਨੂੰ ਤੇਰਾ ਮੂੰਹ ਵੀ ਨੀ ਪਸੰਦ ਠੀਕ ਹੈ ਨਾ ਮੈਂ ਕਿਹਾ ਯਾਰ ਤੂੰ ਮੂੰਹ ਆਪਦਾ ਚੱਜ ਦਾ ਨੀ ਗੱਲ ਮੈਂ ਚੱਜ ਦੀ ਕਰ ਲਾ
ਮੂੰਹ ਨਾਲ ਥੋੜੀ ਦੇਖਣਾ ਬੰਦੇ ਦਾ ਅੰਦਰੋਂ ਦੇਖੋ ਯਾਰ ਬੰਦੇ ਦੀ ਇਨਸਾਨੀਅਤ ਕੀ ਚੀਜ਼ ਸੀ ਕੀ ਗਰੀਬਾਂ ਲਈ ਸੋਚਦਾ ਸੀ ਉਹ ਕੀ ਉਹਨੇ ਆਪਣੇ ਆਪਦੇ ਮਾਨਸਾ ਜ਼ਿਲ੍ਹੇ ਲਈ ਜਾਂ ਪੰਜਾਬ ਲਈ ਕੀ ਕਮਾਇਆ ਕੌਣ ਜਾਣਦਾ ਇਹ ਮੂਸੇ ਨੂੰ ਬਾਈ ਇਹਦੇ ਬਾਈ ਚਿੱਬੜਾ ਦਾ ਮਸ਼ਹੂਰ ਹੁੰਦਾ ਸੀ ਖਰਬੂਜੇ ਚਿੱਬੜਾ ਕਰਕੇ ਮਸ਼ਹੂਰ ਹੁੰਦੇ ਸੀ ਬੱਸ ਨਹੀਂ ਆਉਂਦੀ ਇੱਥੇ ਆਪਦਾ ਆਉਂਦੇ ਬਾਈ ਆਉਂਦੀ ਵੀ ਇਹ ਨਹੀਂ ਸੀ ਇੱਕ ਚੜ੍ਹਦਾ ਸੂਰਜ ਸੀ ਬਾਈ ਬਾਈ ਡੁੱਬ ਗਿਆ ਕੋਈ ਸ਼ਬਦ ਨਹੀਂ ਹੈਗੇ ਬੋਲਣ ਖਾਤਰ ਬਾਈ ਮਨ ਬਹੁਤ ਭਰਿਆ ਪਿਆ ਅੰਦਰੋਂ ਪਰ ਠੀਕ ਹੈ ਇਹ ਗੱਲ ਆ ਵੀ ਜੇ ਆਪਾਂ ਇੱਥੇ ਕਿਸੇ ਨੂੰ ਲੋਕਾਂ ਨੂੰ ਰੋਕ ਦੇਵਾਂ ਅਗਲਾ ਕਹਿੰਦਾ ਯਾਰ ਟੰਗ ਕਰ ਦਾ ਜਿਹਦੇ ਦਿਲ 'ਚ ਦਰਦ ਆ ਯਾਰ ਉਹਨੂੰ ਪਤਾ ਹੁੰਦਾ ਵੀ ਯਾਰ ਬਾਈ ਕੀ ਚੀਜ਼ ਸੀ ਜਿਹੜਾ ਬੰਦਾ ਮਿਲਿਆ ਨਾ ਆਪਾਂ ਕਹਿ ਦਿੰਦੇ ਵੀਰ ਤਾਂ ਯਾਰ ਅਰਬ ਬੋਲਦਾ ਗਾਣਿਆਂ 'ਚ ਜਾਂ ਤੇਰਾ ਇੰਟਰਵਿਊ 'ਚ ਪਰ ਜਦੋਂ ਬੰਦੇ ਨੂੰ ਮਿਲਦੇ ਨਾ ਉਹ ਬਾਈ ਇੱਕ ਗੱਲ ਸੀ ਬੰਦੇ ਦੀ ਮੈਂ ਇਹ ਮੰਨਦਾ ਸੀ ਜਿੱਥੇ ਮਿਲ ਜਾਵੇਗਾ ਹਾਂ ਜਾਂਦੇ ਹਾਂ ਡਰ ਲੇਗਾ ਬਾਈ ਤੀਜਾ ਸ਼ਬਦ ਨਹੀਂ ਕਦੇ ਉਹਦੇ ਮਾੜਾ ਸੁਣਿਆ ਜੱਫੀ ਪਾ ਕੇ ਰੇਕ ਨੂੰ ਮਿਲਦੇ ਜਿਹਦੇ ਮਰਜ਼ੀ ਫੋਟੋਆਂ ਦੇਖ ਲਓ ਬੰਦੇ ਬਹੁਤ ਆ ਜਿਹੜੇ ਇੱਥੋਂ ਕਰਵਾ ਕੇ ਗਏ ਹੋਣਗੇ ਬਾਈ ਟਾਈਮ ਦੇਖਿਆ ਸੀ ਉਹਨੇ ਪਹਿਲਾਂ ਆਪਣੇ ਵਾਲਾ ਹੈਗਾ ਚੰਗਾ ਸਮਾਂ ਆਇਆ ਤਾਂ ਮਾੜਾ ਟਾਈਮ ਵੀ ਭੁੱਲਿਆ ਨਹੀਂ ਸੀ ਬਾਈ ਸਾਡੀ ਇੱਥੇ ਰਿਸ਼ਤੇਦਾਰੀ ਆ ਠੀਕ ਆ ਉਹ ਵੀ ਦੱਸਦੇ ਰਹੇ ਕਹਿੰਦੇ ਬਾਈ ਬਹੁਤ ਗਰੀਬੀ ਦੇ ਵਿੱਚ ਉੱਠ ਕੇ ਬੰਦੇ ਨੇ ਇਹਨਾਂ ਨੇ 40-40 ਰੁਪਏ ਦਿਹਾੜੀ ਕਰਕੇ ਪੜ੍ਹਾਇਆ ਲਿਖਾਇਆ ਇਹਦੇ ਮਾਂ ਪਿਓ ਨੇ ਬਹੁਤ ਮਿਹਨਤ ਕਰੀ ਇਹਨੂੰ ਤੋ ਕਰਨ ਖਾਤਰ ਬਾਹਰ ਭੇਜਿਆ ਪਰ ਬੰਦੇ ਨੇ ਕੀ ਸੋਚਿਆ ਵੀ ਯਾਰ ਬਾਹਰ ਰਹਿ ਕੇ ਨਹੀਂ ਆਪਾਂ ਮਾਨਸਾ ਜ਼ਿਲ੍ਹੇ ਦਾ ਤੇ ਆਪਦੇ ਪਿੰਡ ਦਾ ਨਾਂ ਰੋਏਗਾ ਪਿੰਡ 'ਚ ਰਹਿ ਕੇ ਤੇ ਕਹਿੰਦਾ ਹੁੰਦਾ ਸੀ ਕਹਿੰਦਾ ਵੀ ਮੇਲਾ ਲੱਗਿਆ ਕਰੂ ਪਿੰਡ 'ਚ ਬਾਈ ਲੱਗਦਾ ਵੀ ਸੀ ਕਾਬਰਾਂ ਦੇ ਮੇਲੇ ਲੱਗਦੇ ਆ ਲੱਗੇ ਪਏ ਆ ਬਾਈ ਇੱਕ ਤਾਂ ਗੱਲਾਂ ਨਾਲ ਕਹਿੰਦੇ ਲੋਕ ਆਹ ਬਾਈ ਸੱਚਾਈ ਆਹ ਕਮਾਈ ਆ ਬੰਦੇ ਦੀ ਪੈਸੇ ਤਾਂ ਬਾਈ ਬਾਦਲ ਕਰੇ ਬਹੁਤ ਕਮਾਇਆ ਕੈਪਟਨ ਨੇ ਬਹੁਤ ਕਮਾਇਆ ਆਹ ਕਮਾਈ ਹੁੰਦੀ ਆ ਬੰਦੇ ਦੀ ਅਸਲ ਦੇ ਵਿੱਚ ਆਹ ਨਾ ਦੇਖੋ ਬੰਦੇ ਨੇ ਕੋਠੀ ਐਡੀ ਪਾਰੀ ਜਾਏ ਕਰਤਾ ਆਹ ਕਮਾਈ ਆ ਬਾਈ ਉਹਦੀ ਬਿਲਕੁਲ ਲੋਕਾਂ ਦੀ ਤਾਂ ਗਿਣਤੀ ਇਹ ਨਹੀਂ ਸੀ ਗੱਡੀਆਂ ਦੀ ਗਿਣਤੀ ਨਹੀਂ ਹੁੰਦੀ ਸੱਚੀ ਗੱਲ ਆ ਲੋਕ ਜੰਮੂ ਤੋਂ ਕੋਈ ਕਿਤੋਂ ਦੇ ਕੰਮ ਦੇ ਆਏ ਬੈਠੇ ਆ ਬਾਈ ਬਹੁਤ ਦੂਰ ਦੂਰੋਂ ਆਏ ਆ ਇੱਥੇ ਲੋਕ ਬਾਈ ਤੜਕੇ ਨਾ 4:30-5 ਵਜੇ ਬਹਿ ਜਾਂਦੇ ਬਾਹਰ ਗਿਆ ਕੇ ਪੁਰਾਣੇ ਘਰੇ ਹੁੰਦੇ ਜਦੋਂ 4:30-5 ਵਜੇ ਉਹ ਬਾਈ ਦੀ ਮਾਂ ਨਾ ਐਡੀ ਨਰਮ ਆ ਹਰੇਕ ਨੂੰ ਚਾਹ ਪਾਣੀ ਪਿਉਂਦੀ ਸੀ ਤੜਕੇ ਦੱਸਦੇ ਆਏ ਨੇ ਬੰਦਾ ਉਹਨਾਂ ਦੇ ਉੱਤੇ ਕੀ ਬੀਤੀ ਹੋਈ ਯਾਰ ਬਹੁਤ ਰਸ਼ ਆ ਜੀ ਦੁਬਈ ਦਾ ਜੀ ਅੰਤਮ ਸੰਸਕਾਰ ਦੀਆਂ ਤਿਆਰੀਆਂ ਬਹੁਤ ਰਸ਼ ਆ ਜੀ ਤਾਂ ਪਤਾ ਚੱਲ ਸਕੇ ਕਿ ਬਹੁਤ ਰਸ਼ ਆ ਇਨਸਾਫ ਮੰਗਣੇ ਕੇ ਲਈ ਵੀ ਯਹਾਂ ਪਰ ਲਗਾਤਾਰ ਨੌਜਵਾਨ ਮਾਂ ਦਾ ਪੁੱਤ ਆਵਾਜ਼ ਉਠਾ ਰਹੇ ਮਾਰ ਕੇ ਇਨਸਾਫ ਚਾਹੀਏ ਵੀ ਨੀਡ ਜਸਟਿਸ ਇਸ ਕੇ ਬੈਨਰ ਵੀ ਹਮਨੇ ਆਪਕੋ ਪ੍ਰਸ਼ਾਸਨ ਵੱਲੋਂ ਵੀ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਬਈ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਰ ਸਾਰੇ ਚਾਹਣ ਵਾਲੇ ਜਿਹੜੇ ਆ ਵੀਰ ਪਹੁੰਚੇ ਹੋਏ ਆ ਵਿਸ਼ਵਾਸ ਕਰਨਾ ਕਿ ਅੱਜ ਜੋ ਥੋੜੇ ਸਮੇਂ ਦੇ ਵਿੱਚ ਗਾਇਕੀ ਦੇ ਵੱਡਾ ਜਿਹੜਾ ਰੋਲ ਨਿਭਾਇਆ ਸੀ ਉਹ ਸਾਡੇ ਵਿੱਚ ਨਹੀਂ ਉਹ ਮਾਂ ਬਾਪ ਦੀਆਂ ਸਦਰਾਂ ਦੇ ਯਾਰ ਡਾਕਾ ਪੈ ਗਏ ਮੈਂ ਕਹਿੰਦਾ ਰੱਜੀਆਂ ਯਾਰ ਇੱਦਾਂ ਨਾ ਕੱਢੋ ਉਹਨਾਂ ਕਲਾਕਾਰੀ ਦੇ ਵਿੱਚ ਆ ਜਾਂਦੇ ਉਹਦੇ ਨਾਲ ਤੁਸੀਂ ਉਹਦਾ ਘੋਲ ਲੈਂਦੇ ਉਹਨੂੰ ਤੁਸੀਂ ਟਾਈਮ ਪਾ ਲੈਂਦੇ ਯਾਰ ਪਰ ਯਾਰ ਤੁਸੀਂ ਕਹੇ ਮਾਂ ਬੋਲ ਯਾਰ ਪੋਤੀ ਮਾਰ ਦੇਣਾ ਯਾਰ ਮਾਂ ਯਾਰ ਪੋਤੀ ਕੋਲ ਯਾਰ ਸਾਡਾ ਯਾਰ ਸੀ ਬਹੁਤ ਪਿਆਰ ਕਰਦਾ ਯਾਰ ਪਰ ਮੈਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਕਿ ਉਹਦੇ ਆਪਣੇ ਚਰਨਾਂ 'ਚ ਨਮਾਜ਼ ਦਿਓ ਪਰ ਮੈਂ ਆਹ ਜਿਹੜੇ ਮਾਰ ਮਰਾਈ ਵਾਲੇ ਨੇ ਬਾਈ ਇਹ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਉਹ ਮਾਵਾਂ ਦੇ ਪੁੱਤ ਨਾ ਮਾਰੋ ਉਹ ਤੁਹਾਡਾ ਵੀ ਕਿਤੇ ਨਾ ਕਿਤੇ ਯਾਰ ਸੀ ਤੁਹਾਡਾ ਵੀ ਦੋਸਤ ਸੀਗਾ ਉਹ ਸਾਰਿਆਂ ਦਾ ਚੇਤਾ ਸੀ ਯਾਰ ਹੁਣ ਜੀਰੋ ਲੈਵਲ ਤੋਂ ਉੱਠ ਕੇ ਯਾਰ ਆਪਣੀ ਮਿਹਨਤ ਕਰਕੇ ਇੰਨਾ ਕੁਝ ਬਣਾਇਆ ਯਾਰ ਤੁਸੀਂ ਵੀ ਮਿਹਨਤ ਕਰ ਲਓਗੇ ਬਿਲਕੁਲ ਸੋ ਮੈਂ ਕਹਿੰਦਾ ਵਾਹਿਗੁਰੂ ਸੱਚੇ ਪਾਤਸ਼ਾਹ
यार इन्ना किया भी मैंने तो इन्ना प्यार कर लिया मैं उन्हें फिल्म करने की प्लान कर रहे थे प्लान हो जिंदाबाद 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 जि
ਸਿੱਧੂ ਭਾਈ ਜਿੰਦਾਬਾਦ 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 ਜਵਾਰ ਕੇ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ 'ਤੇ ਚੱਲ ਰਹੀ ਆ ਉਹ ਅਤੇ ਇੱਥੋਂ ਗੱਡੀਆਂ ਆਉਂਦੀਆਂ ਵਾ ਵਾਪਸ ਮੁੜਦੀਆਂ ਵਾ ਇੱਧਰਲੀ ਸਾਈਡ ਅਤੇ ਵੀਡੀਓ ਸਾਰੀ ਸੋਸ਼ਲ ਮੀਡੀਆ ਉਹ ਸਾਹਮਣੇ ਕੈਮਰਾ ਲੱਗਾ ਵਾ ਅਤੇ ਜਦੋਂ ਗੋਲੀਆਂ ਦੀ ਠਾਹ ਠਾਹ ਹੁੰਦੀ ਤਾਂ ਗੱਡੀਆਂ ਇੱਥੇ ਰੁਕਦੀਆਂ ਵਾ ਅਤੇ
थोड़ी दूर जा के सामने माता का मंदिर लंघ जाना जा भाई तुम लंघ जाओ माता का मंदिर जिथे गड्डी रुकी आ उहदे सामने जी इंसीडेंट होया हैगा सामने एक माता का मंदिर वा जी साइकलों वाली दुकान वा जवार के जिथे सिद्धू मूसे वाले नूं गोलियां नाल मारिया गया पिंड वाले दसदे आ वी तकरीबन घट्टो घट्ट 70-80 फायर किए आ जो मुंडा वीडियो बना रहा सी तां उहदे वी फायर छड्डे 10-15 पर बचा हो गया किसी बच्चों से भी गोलियां नहीं लगियां तो इत्थे आ जगह वा जिथे गोलियां के भी निशान हैगे आ इत्थे मारियां बहुत माड़ा किया भी जिन्होंने भी किया माँ का पुत मार के घर सोना कर दिता बहुत दुख लगा वह वीर का मानसा बाजार घर दे दस रहे घर दे घर होने घर खेत गए अच्छा जी गोलियां वाहवा चलिया अच्छा ਸ਼ਬੀਲ ਇੱਥੇ ਡੇਲੀ ਲਾਉਂਦੇ ਜਾਂ ਉਦਾਂ ਵੈਸੇ ਨਹੀਂ ਵੈਸੇ ਨਹੀਂ ਡੇਲੀ ਨਹੀਂ ਲਾਉਂਦੇ ਹੈ ਇਹਦੇ ਭੱਤੀ ਲੱਗੀ ਹੋਈ ਹੈ ਡੇਲੀ ਨਹੀਂ ਅੱਛਾ ਡੇਲੀ ਨਹੀਂ ਲਾਉਂਦੇ ਹੈਗੇ ਠੀਕ ਆ ਕਿਲਾਇਆ ਵੀ ਜੰਤਾ ਦਾ ਇਕੱਠਾ ਹੈਗਾ ਉਹਦੇ ਪਾਣੀ ਹੈਗਾ ਮਾੜਾ ਹੈ ਪਾਣੀ ਦਾ ਉਹ ਮੋਟਰਾਂ ਲੱਗੀਆਂ ਨੇ ਮੰਦਿਰ 'ਚ ਪਾਣੀ ਮਾੜਾ ਹੈਗਾ ਅੱਛਾ ਲੈਟਰਿੰਗਾਂ ਲਾ ਦੂਗਾ ਪਾਣੀ ਫਿਰ ਇਹ ਉੱਧਰ ਕਲੋਨੀ 'ਚੋਂ ਵਾਟਰ ਉੱਥੋਂ ਨਹਿਰ ਦੇ ਨੇੜੇ ਲਾਉਣਾ ਪੈਂਦਾ ਹੈਗਾ ਪਾਣੀ ਹਾਂ ਇੱਥੇ ਲਾ ਲਓ ਮਾੜਾ ਜਿਹਾ ਇੱਥੇ ਲਾ ਲਓ ਇੱਥੇ ਲਾ ਬਾਥੀ ਇੱਥੇ ਲਾ ਲਓ ਬਾਥੀ ਇੱਥੇ ਲਾ ਲਓ ਅਤੇ ਜਿੱਦਾਂ ਗੋਲੀਆਂ ਮਾਰ ਕੇ ਇੱਥੇ ਮਾਰਿਆ ਵਾ ਇਹ ਗੋਲੀਆਂ ਮਾਰੀਆਂ ਸਾਹਮਣੇ ਗੇਟ 'ਤੇ ਇੱਧਰੋਂ ਪਹਿਲੀ ਗੱਡੀ ਆਈ ਉਹ ਪੰਚਰ ਕਰਕੇ ਤਿੰਨੇ ਟਾਇਰ ਗੱਡੀ ਇਹ ਰੋਡ ਚਲੀ ਗਈ ਅੱਛਾ ਇੱਧਰ ਵੱਡਾ ਨੰਗਾ ਵਾਲੀ ਸਾਈਡ ਅੱਛਾ ਉਹ ਗੱਡੀ ਇੱਧਰ ਚਲੀ ਗਈ ਦੋ ਗੱਡੀਆਂ ਮਗਰੋਂ ਆਈਆਂ ਅੱਛਾ ਇੱਕ ਗੱਡੀ ਮੂਹਰ ਹੋਈ ਤਿੰਨਾਂ ਗੱਡੀਆਂ ਨੂੰ ਉਹਨਾਂ ਨੇ ਘਰੋਂ ਕੀਤਾ ਅੱਛਾ ਘਰੋਂ ਕੇ ਉੱਤੇ ਉਹਨਾਂ ਨੇ ਮਤਲਬ ਵੀ ਅੰਨੇ ਵਾਹ ਫਾਇਰਿੰਗ ਕੀਤੀ ਅੱਛਾ ਜੀ ਜਦੋਂ ਅੰਨੇ ਵਾਹ ਫਾਇਰਿੰਗ ਕੀਤੀ ਸਾਹਮਣੇ ਮੁੰਡਾ ਪੈਂਚਰ ਵਾਲਾ ਗਾ ਉਹ ਜਦੋਂ ਮੂਵੀ ਬਣਾਉਣ ਲੱਗਿਆ ਅੱਛਾ ਉਹਨਾਂ ਦੀ ਵੀਡੀਓ ਬਣਾਉਣ ਲੱਗਿਆ ਅਤੇ ਉਹਨਾਂ ਨੇ ਉਹ ਵੀਡੀਓ ਬਣਾਉਣ ਦੇ ਜਾਲ ਜਦੋਂ ਆਹ ਜਿਹੜੇ ਦੋ ਫਾਇਰ ਕੱਢਣਗੇ ਉੱਥੇ ਮਾਰੀ ਹੋਣੀ ਸਾਹਮਣੇ ਪਿੰਡ ਚਾਰ ਪੰਜ ਇੱਧਰ ਕੱਢਿਆ ਦੋ ਗੇਟ ਦੇ ਵਿੱਚ ਕੱਢੇ ਚਾਰ ਦੋ ਤੇ ਦੋ ਚਾਰ ਤੇ ਦੋ ਛੇ ਅੱਛਾ ਛੇ ਫਾਇਰ ਕੱਢੇ ਉਹ ਮੁੰਡੇ ਮੁੰਡੇ ਵਾਲੀ ਸਾਈਡ 'ਤੇ ਮਾਰੀ ਵੀਡੀਓ ਬਣਾਉਂਦਾ ਵੀਡੀਓ ਬਣਾਉਂਦਾ ਅੱਛਾ ਅਤੇ ਉਹ ਵੀਡੀਓ ਬਣਾਉਣ ਦੇ ਕਾਰਨ ਜਿਹੜੇ ਇੱਥੇ ਕੋਈ ਬੱਚੇ ਸੀਗੇ ਕੰਮ ਕਰਦੇ ਸੀ ਹੋਰ ਵੀ ਸੀਗੇ ਠੀਕ ਉਹ ਭੱਜ ਕੇ ਆਪੋ ਆਪਣੇ ਘਰਾਂ 'ਚ ਵੜ ਉਹਨਾਂ ਦੇ ਲੱਗੀ ਤਾਂ ਨਹੀਂ ਗੋਲੀ ਉਹਨਾਂ ਦੀ ਕਿਸੇ ਗੋਲੀ ਨਹੀਂ ਲੱਗੀ ਅੱਛਾ ਉਹ ਮਤਲਬ ਵਾਗੇ ਆ ਭੱਜ ਗਏ ਆ ਠੀਕ ਆ ਉਸ ਤੋਂ ਬਾਅਦ 2-2.5 ਮਿੰਟਾਂ ਦੇ ਵਿੱਚ ਇਹ ਵਾਕਾ ਜਿਹੜਾ ਹੋ ਗਿਆ ਅੱਛਾ ਦੋ ਵਾਕਾ ਹੋ ਗਿਆ ਉਦੋਂ ਬਾਅਦ ਤੇ ਕਿ ਬੱਚੇ ਕਹਿਣ ਲੱਗੇ ਕਿ ਅੱਜ ਕਿ ਦੀਵਾਲੀ ਦਾ ਦਿਨ ਹੈ ਕਿ ਇੰਨੇ ਪੜਾਕੇ ਵਹਿਣ ਲੱਗੇ ਅੱਛਾ ਉਸ ਤੋਂ ਬਾਅਦ ਜਦੋਂ ਅਸੀਂ ਨੂੰ ਆਏ ਅਤੇ ਬਾਅਦ 'ਚ ਜਦੋਂ ਕੱਢਿਆ ਆ ਕੇ ਫਿਰ ਪਤਾ ਲੱਗਿਆ ਵੀ ਮੂਸੇ ਵਾਲਾ ਸਿੱਧੂ ਆਏ ਅੱਛਾ ਪਹਿਲਾਂ ਕਿਸੇ ਨੂੰ ਪਤਾ ਲੱਗਾ ਪਹਿਲਾਂ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਸਿੱਧੂ ਮੂਸੇ ਵਾਲਾ ਹੈ ਅੱਛਾ ਜਦੋਂ ਪੱਟ ਕੇ ਕੱਢਿਆ ਫਿਰ ਪਤਾ ਲੱਗਿਆ ਜੀ ਸਿੱਧੂ ਮੂਸੇ ਵਾਲਾ ਇਤਨੇ 2-2.5 ਮਿੰਟਾਂ ਦੇ ਵਿੱਚ ਗੱਡੀਆਂ ਕਿੰਨੇ ਕੁ ਜਣੇ ਦੱਸਦੇ ਆ ਪਿੰਡ ਦੇ ਕਿੰਨੇ ਕੁ ਜਣੇ ਦੱਸਦੇ ਕਿੰਨੇ ਜਣੇ ਇਹ ਗੱਡੀ ਦੇ ਵਿੱਚ 10-12 ਜਣੇ ਸੀ ਠੀਕ 10-12 ਜਣੇ ਤਿੰਨ ਗੱਡੀਆਂ ਸੀ ਤਿੰਨ ਗੱਡੀਆਂ ਦੋ ਛੋਟੀਆਂ ਇੱਕ ਵੱਡੀ ਬਲੈਰੋ ਠੀਕ ਹੈ ਬਲੈਰੋ ਸਾਈਡ ਤੇ ਲਾਈ ਆ ਬਲੈਰੋ ਉਹਨਾਂ ਨੇ ਸਾਈਡ ਤੇ ਲਾ ਕੇ ਅੱਛਾ ਇੱਕ ਗੱਡੀ ਨਾਲ ਨਾ ਗੱਡੀ ਪੰਚਰ ਕਰੀ ਜਿਹੜੀ ਗੱਡੀ ਨਾਲ ਪੰਚਰ ਹੋਈ ਹੈ ਉਹ ਗੱਡੀ ਇਸ ਤਰ੍ਹਾਂ ਇੱਧਰੋਂ ਵੱਡੇ ਨੰਗਲੂ ਵਾ ਗਈ ਹੈ ਅੱਛਾ ਅਤੇ ਬਾਕੀ ਦੋ ਗੱਡੀਆਂ ਜਿਹੜੀ ਮੂਹਰੋਂ ਗੱਡੀ ਆਈ ਹੈ ਅਤੇ ਮਗਰੋਂ ਗੱਡੀ ਉਹਨਾਂ ਨੇ ਫਾਇਰਿੰਗ ਅੰਨੇ ਵਾਹ ਫਾਇਰਿੰਗ ਠੀਕ ਹੈ ਜਿਹੜਾ ਬਸਨੋਈ ਸੀਗਾ ਉਹ 20-22 ਸਾਲਾਂ ਦਾ ਸੀ ਅੱਛਾ ਮੁੰਡਾ ਇਹ ਬੁਲਟ ਤੇ ਚੜ੍ਹ ਕੇ ਇਹ ਹਾਂਜੀ ਬੁਲਟ ਦੇ ਉਹਦੇ ਚੜ੍ਹ ਕੇ ਗੱਡੀ ਦੇ ਮਾਰੀਆਂ ਗੋਲੀਆਂ ਹਾਂ ਉਹ ਤਾਂ ਵੈਸੇ ਨਾਲ ਹੀ ਚਿਪ ਗਿਆ ਨਾ ਅੱਛਾ ਬੁਲਟ ਉਹਦੇ ਉੱਤੇ ਨਾਲ ਚਿਪਕੇ ਉਹਨੇ ਗੋਲੀਆਂ ਮਾਰੀਆਂ ਨਾਲ ਅੱਛਾ ਉਹ ਸੀਗਾ 20-22 ਸਾਲ ਮੁੰਡਾ ਜਿਹਨੇ ਮਾਰੀਆਂ ਤੇ ਸਿੱਧੂ ਮੂਸੇਵਾਲੇ ਦੀ ਵੀ ਪਿਸਟਲ ਕਹਿੰਦੇ ਖਾਲੀ ਸੀ ਉਹਨੇ ਵੀ ਮੁਕਾਬਲਾ ਕੀਤਾ ਉਹਨੇ ਵੀ ਮਾਰੀਆਂ ਗੋਲੀਆਂ ਉਹ ਇਹ ਮੁਲਾਜ਼ਮ ਦੱਸਦੇ ਨੇ ਵੀ ਦੋ ਗੋਲੀਆਂ ਨਿਕਲੀਆਂ ਹੋਈਆਂ ਵਿੱਚੋਂ ਅੱਛਾ ਜੀ ਅਤੇ ਬਾਅਦ 'ਚ ਜਦੋਂ ਅਸੀਂ ਨੇ ਉਹ ਚੱਕਿਆ ਗਾ ਉਹ ਚੱਕਣ ਦੇ ਬਾਵਜੂਦ ਉਹਦੇ ਜਿਹੜਾ ਉਹਦਾ ਰਿਵਾਲਵਰ ਸੀਗਾ ਉਹ ਸਟੇਅਰਿੰਗ ਦੇ ਮੂਹਰੇ ਪਿਆ ਸੀ ਅੱਛਾ ਸਾਨੂੰ ਲੱਗਿਆ ਕਿ ਵੀ ਇਹ ਤੋਂ ਚੱਕਿਆ ਨਹੀਂ ਗਿਆ ਵੀ ਚੱਕ ਨਹੀਂ ਹੋਇਆ ਤੂੰ ਠੀਕ ਆ ਅਤੇ ਜਿਸ ਤਰ੍ਹਾਂ ਉਹ ਚੱਕਣ ਲੱਗਿਆ ਉਸ ਤਰ੍ਹਾਂ ਹੀ ਉਹ ਮੋਢੇ ਦੇ ਵਿੱਚ ਉਹਦੇ ਗੋਲੀਆਂ ਲੱਗ ਗਈਆਂ ਮੋਢੇ ਲੱਗ ਗਿਆ ਠੀਕ ਆ ਨਹੀਂ ਗਿਆ ਬਾਬਾ ਜੀ ਕਹਿੰਦੇ ਚੰਗੇ ਟਾਈਮ ਬਾਅਦ ਲੈ ਕੇ ਗਏ ਆ ਕੋਈ ਪਿੰਡ ਵਾਲੇ ਨੇ ਮਦਦ ਨਹੀਂ ਕੀਤੀ ਇਹ ਸੱਚੀ ਗੱਲ ਆ ਟਾਈਮ ਬਾਅਦ ਲੈ ਨਹੀਂ ਜੀ ਇਹ ਗਲਤ ਗੱਲ ਕੋਈ ਪਿੰਡ ਵਾਲੇ ਦੇਖੋ ਜੇ ਤਾਂ ਕੋਈ ਡਾਂਗਾ ਸੁੱਟਣ ਦੀ ਲੜਾਈ ਹੋਵੇ ਤਾਂ ਪਿੰਡ ਵਾਲੇ ਮੂਹਰੇ ਹੋ ਜਾਂਦੇ ਮੂਹਰੇ ਹੁੰਦੇ ਆ ਬਿਲਕੁਲ ਇਹ ਕੋਈ ਡਾਂਗਾ ਸੁੱਟਣ ਦੀ ਲੜਾਈ ਨਹੀਂ ਸੀ ਵੀ ਪਿੰਡ ਵਾਲੇ ਮੂਹਰੇ ਹੋ ਕੇ ਵਿੱਚ ਵੜ ਕੇ ਤਾਂ ਆਉਂਦੇ ਵੀ ਇੱਕ ਦੂਜੇ ਦੇ ਸੋਟੀ ਲੱਗ ਜਾਂਦਾ ਚਲੋ ਕੋਈ ਗੱਲ ਨਹੀਂ ਆਪਾਂ ਮੰਨ ਲੈਂਦੇ ਬਿਲਕੁਲ ਜੀ ਹੈ ਨਾ
ਡਰ ਮਾਹੌਲ ਪੈਦਾ ਏਦਾਂ ਦਾ ਹੋ ਗਿਆ ਕਿ ਸਾਰੇ ਆਪਣੇ ਆਪਣੇ ਜਦੋਂ ਉਹਨਾਂ ਨੇ ਦੁੱਖਵਾਂ ਕੰਨਾਂ 'ਚ ਗੋਲੀਆਂ ਮਾਰੀਆਂ ਨਾ ਏਡੇ ਫੈਰ ਕਰਕੇ ਬਹੁਤ ਜੀ ਕੌਣ ਬੰਦਾ ਮੂਹਰਿਆਂ ਬੱਚੇ ਮੋਹਰੇ ਨਹੀਂ ਆਉਂਦਾ ਜੀ ਕਿੰਨੇ ਸਮੇਂ ਬਾਅਦ ਲੈ ਕੇ ਗਿਆ ਜੀ ਇਹ ਜੀ ਮਤਲਬ 2-2.5 ਮਿੰਟਾਂ ਦੇ ਵਿੱਚ ਦਾ ਇਹ ਹੋਇਆਗਾ ਅੱਛਾ ਜੀ ਅਤੇ ਉਸ ਤੋਂ ਬਾਅਦ ਇਹ ਲੈ ਗਏ ਬਸ 5-7 ਮਿੰਟਾਂ ਬਾਅਦ ਐਂਬੂਲੈਂਸ ਆਈ ਐਂਬੂਲੈਂਸ ਨੂੰ ਬੁਲਾਈ ਅੱਛਾ 108 ਨੰਬਰ ਅੱਛਾ ਜੀ ਅਤੇ ਉਹ ਮਤਲਬ ਸਾਡੇ ਪਿੰਡ ਦਾ ਜਿਹੜਾ ਇੱਕ ਹੈਗਾ ਗਾ ਮਾਝੀ ਸਿੰਘਾਂ ਦਾ ਮੁੰਡਾ ਅੱਛਾ ਨੇਛੀ ਆ ਜਿਹਦਾ ਨਾਂ ਜਿਹਨੇ ਉਹ ਮਤਲਬ ਸਿੱਧੂ ਮੂਸੇ ਨੂੰ ਪੱਟ ਕੇ ਕੱਢਿਆ ਪੱਟ ਕੇ ਕੱਢਿਆ ਅੱਛਾ ਜੀ ਹਾਂਜੀ ਠੀਕ ਉਸੇ ਬੰਦੇ ਨੇ ਪਛਾਣਿਆ ਵੀ ਇਹ ਸਿੱਧੂ ਮੂਸੇ ਵਾਲਾ ਹੈਗਾ ਠੀਕ ਜਦੋਂ ਇੰਸੀਡੈਂਟ ਹੋਇਆ ਤੁਸੀਂ ਉਦੋਂ ਇੱਥੇ ਸੀ ਮੌਜੂਦ ਸੀ ਨਹੀਂ ਜੀ ਅਸੀਂ ਪਿੱਛੇ ਸੀਗੇ ਅੱਛਾ ਪਿੱਛੇ ਜਦੋਂ ਗੋਲੀਆਂ ਲੱਗੀਆਂ ਸਾਨੂੰ ਪੜਾਕੇ ਪਏ ਅਤੇ ਸਾਨੂੰ ਖਬਰ ਲੱਗੀ ਕਹਿੰਦੇ ਸਿੱਧੂ ਮੂਸੇ ਵਾਲਾ ਵਾ ਮਾਰਤਾ ਅਸੀਂ ਆਖਿਆ ਵੀ ਥਰਡ ਆਈ ਹੋਈ ਹੈ ਅੱਛਾ ਇਹ ਨਹੀਂ ਗੱਲ ਹੋ ਜਦੋਂ ਅਸੀਂ ਇੱਥੇ ਆਈ ਤਾਂ ਗੱਲ ਸੱਚੀ ਅੱਛਾ ਜੀ ਬਹੁਤ ਮਾੜਾ ਹੋਇਆ ਹੈ ਬਹੁਤ ਮਾੜਾ ਹੋਇਆ ਦੇ ਵਿੱਚ ਇੱਥੇ ਮਾਰਿਆ ਗਿਆ ਵਾ ਇੱਕ ਵੀ ਬਹੁਤ ਮਾੜਾ ਕੰਮ ਹੋਇਆ ਅਸੀਂ ਇਹ ਨਹੀਂ ਕਹਿੰਦੇ ਵੀ ਦੇਖੋ ਵੀ ਸਿੱਧੂ ਮੂਸੇ ਵਾਲਾ ਜਿਹੜਾ ਮਾੜਾ ਸੀਗਾ ਅਸੀਂ ਨਹੀਂ ਇਹ ਗੱਲ ਕਹਿੰਦੇ ਉਹ ਵਿਚਾਰਾ ਸਾਡੇ ਪਿੰਡ ਦੇ ਵਿੱਚ ਵਧੀਆ ਸੀ ਦੇਖੋ ਹੁਣ ਨਗਰ ਦਾ ਤੁਹਾਡੇ ਨਗਰ ਦਾ ਮਾਨਸੇ ਦਾ ਨਾਂ ਉੱਚਾ ਕੀਤਾ ਉਸ ਬੰਦੇ ਨੇ ਵਰਲਡ ਲੈਵਲ 'ਤੇ ਕੋਈ ਮਾਨਸਾ ਨੂੰ ਅਸੀਂ ਨਹੀਂ ਸੀ ਜਾਣਦੇ ਅਸੀਂ ਉਹਦੇ ਫੈਨ ਹਾਂ ਭਾਅ ਜੀ ਅਸੀਂ ਦਿਲੋਂ ਚਾਹੁਣ ਵਾਲੇ 250 ਕਿਲੋਮੀਟਰ ਚੱਲ ਕੇ ਅਸੀਂ ਆਏ ਹਾਂ ਅਤੇ ਉਹਦੇ 'ਚ ਕੁਛ ਗੱਲਬਾਤ ਹੈਗੀ ਸੀ ਤਾਂ ਅੱਜ ਇੰਨਾ ਇਕੱਠ ਉਹਦੇ ਅੰਤਿਮ ਅਰਦਾਸ ਜਿਹੜਾ ਇਕੱਠ ਹੋਇਆ ਜੇ ਬੰਦੇ ਦੇ ਵਿੱਚ ਕੋਈ ਕਲਾ ਸੀ ਜਾਂ ਬੰਦੇ ਨੇ ਇੱਕ ਸਾਡੀ ਮਾਨਸਾ ਦਾ ਨਾਂ ਰੋਸ਼ਨ ਕੀਤਾ ਤਾਂ ਤਾਂ ਹੀ ਇੰਨਾ ਇਕੱਠ ਹੋਇਆ ਇਸ ਤੋਂ ਪਹਿਲਾਂ ਸਾਡੇ ਮਾਨਸਾ ਮੰਡੀ ਦੇ 3 ਮੰਨ ਲਓ ਕਿ ਮੰਤਰੀ ਬਣ ਗਏ ਪਹਿਲਾ ਮੰਤਰੀ ਬਣਿਆ ਹਰਭਜਨ ਸਿੰਘ ਵਕੀਲ ਅੱਛਾ ਜੀ ਦੇਖੋ ਉਹ ਸੀਗਾ ਵੀ ਇਹਦਾ ਮਤਲਬ ਠੀਕ ਹੈ ਕਾਂਗਰਸ ਦੇ ਵਿੱਚ ਉਹ ਭੱਜ ਕੇ ਅਕਾਲੀ ਦਲ ਵਿੱਚ ਆਇਆ ਤਾਂ ਉਹ ਵੀ ਗਿਆ ਉਸ ਤੋਂ ਫਿਰ ਨਾਜਰ ਸਿੰਘ ਜਿੱਤਿਆ ਇਹ ਜਿੱਥੇ ਆਮ ਪਾਰਟੀ ਦੇ ਵਿੱਚ ਇਹ ਕਾਂਗਰਸ 'ਚ ਵੱਗ ਗਿਆ ਉਸ ਤੋਂ ਬਾਅਦ ਬੀਜ ਸਿੰਗਲਾ ਇਹ ਵੀ ਮਤਲਬ ਧੋਖਾ ਕਰਿਆ ਇਹਨੇ ਵੀ ਸਾਡੀ ਮਾਨਸਾ ਮੰਡੀ ਦੇ ਵਿੱਚ 3 ਬਣੇ 3 ਹੀ ਬੇਕਾਰ ਬੇਕਾਰ ਬਣੇ 3 ਹੀ ਬੇਕਾਰ ਲੱਗੇ ਸਾਡੀ ਮਾਨਸਾ ਦੀ ਐਡੀ ਤਕਦੀਰ ਮਾੜੀ ਹੈ ਕਿ ਸਿੱਧੂ ਮੂਸੇ ਵਾਲੇ ਨੇ ਸਾਡੀ ਮਾਨਸਾ ਦੀ ਤਰੱਕੀ ਕੀਤੀ ਤਾਂ ਸਿੱਧੂ ਮੂਸੇ ਵਾਲਾ ਮਰਵਾਇਆ ਗਿਆ ਸਟਾਰ ਸੀ ਬੰਦਾ ਦੇਖੋ ਉਹਨੇ ਸਿਆਸਤ ਤੋਂ ਇੱਕ ਪਰੇ ਹੋ ਗਏ ਸਿੰਗਰ ਗਾਉਣ ਪਾਣੀ 'ਚ ਇੰਨਾ ਮਾਨਸਾ ਸ਼ਹਿਰ ਦਾ ਨਾਂ ਉੱਚਾ ਕੀਤਾ ਵਧੀਆ ਕੀਤਾ ਬੜਾ ਦੁੱਖ ਲੱਗਾ ਉਹਦੇ ਜਾਣ ਦਾ ਅਸੀਂ ਜਿਹੜਾ ਫਾਇਰ ਕਿੰਨੇ ਹੋਏ ਫਾਇਰ ਜੀ ਘੱਟੋ ਘੱਟ ਵੀ ਅਣਗਿਣਤ ਫਾਇਰ ਹੋਏ 28-29 ਫਾਇਰ ਤਾਂ ਮਤਲਬ ਉਹਦੇ ਵਿੱਚੋਂ ਕੱਢੇ ਨਾ ਅੱਛਾ ਜੀ ਹਾਂਜੀ ਜਿਹੜੀ ਉਹਦੇ ਛਾਤੀ ਵਿੱਚੋਂ 28-29 ਫਾਇਰ ਰੌਣੇ ਕੱਢੇ ਗਏ ਅੱਛਾ ਜੀ ਹਾਂਜੀ ਦੇਖੀ ਅਸੀਂ ਜਵਾਹਰ ਕੇ ਪ੍ਰਿੰਸੀਪਲ ਬੋਲਦੇ ਹਾਂ ਮੇਰੀ ਕਮੇਟੀ ਮੇਰੇ ਨਾਲ ਆ ਜੋ ਪਾਣੀ ਪਿਲਾ ਰਹੀ ਹੈ ਅਸੀਂ ਇੱਕ ਮੁੱਠੀ ਦਾਣੇ ਇਕੱਠੇ ਕਰਕੇ ਸਾਨੂੰ ਉਹਨੇ ਕਣਕ ਦੇਣੀ ਦਾ ਕਿ ਜੀ ਅਸੀਂ ਇੱਕ ਮੁੱਠੀ ਲੋਕਾਂ ਦੇ ਘਰਾਂ ਦੇ ਵਿੱਚੋਂ ਆਟਾ ਦਾਣਾ ਲੈ ਕੇ ਕੱਲ੍ਹ ਜੋ ਪਾਣੀ ਦੀ ਤਸੀਰ ਲਗਾਈ ਸੀ ਉਹ ਵੀ ਲਗਾਈ ਸੀ ਤਾਂ ਜੋ ਅੱਜ ਵੀ ਪਾਣੀ ਦੀ ਤਸੀਰ ਲੱਗ ਰਹੀ ਹੈ ਅੱਜ ਵੀ ਉਹ ਆਟਾ ਕਣਕ ਵੇਚ ਕੇ ਤਸੀਰ ਪਾਣੀ ਦੀ ਲਗਾਈ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਵੀ ਬੇਕਾਰ ਸਰਕਾਰ ਸਾਨੂੰ ਜੋ ਕਹਿੰਦੇ ਸੀ ਵੀ ਤੁਹਾਨੂੰ ਆਟਾ ਦਾਲ ਦੇਵਾਂਗੇ ਸਾਡੇ ਇੱਕ ਇੱਕ ਢੋਲੀ ਦੇ ਵਿੱਚੋਂ ਇਹ ਗੰਦੀ ਸਰਕਾਰ ਨੇ ਮੁੱਠੀ ਮੁੱਠੀ ਆਟਾ ਕਢਾ ਕੇ ਹੱਥੋਂ ਦੁਕਾਨਾਂ 'ਤੇ ਵਿਕਾਤਾ ਉਹ ਦੁਕਾਨਾਂ 'ਤੇ ਵਿਕਾ ਕੇ ਸਾਨੂੰ ਇਹ ਪਰੇਸ਼ਾਨੀ ਝੱਲਣੀ ਪਈ ਸਾਨੂੰ ਸੜਕ ਦੇ ਉੱਤੇ ਬਹਿਣਾ ਪੈ ਗਿਆ ਅਤੇ ਸਾਨੂੰ ਆਹ ਪਰੇਸ਼ਾਨੀ ਝੱਲਣੀ ਪੈ ਗਈ ਇਦੋਂ ਪਹਿਲਾਂ ਅਸੀਂ ਮੂਸੇ ਸੀ ਮੂਸੇ ਤੋਂ ਫਿਰ ਸਾਨੂੰ ਪਤਾ ਲੱਗਿਆ ਕਿ ਵੀ ਜਨਤਾ ਉੱਥੇ ਜਾਊਗੀ ਫਿਰ ਅਸੀਂ ਆਪਣੀ ਆਹ ਰੇਹੜੀ ਲੈ ਕੇ ਇੱਥੇ ਆਏ ਇਹ ਜਿਹੜਾ ਪਾਣੀ ਦਾ ਢੋਲ ਭਰਿਆ ਹੋਇਆ ਜੀ ਇਹ ਵੀ ਅਸੀਂ ਮੁੱਲ ਲੈ ਕੇ ਆਏ ਹਾਂ ਆਰੋ ਤੋਂ ਠੀਕ ਹੈ ਮੈਂ ਸੱਚ ਜਿਹਦੇ ਮਰਜ਼ੀ ਪੁੱਛ ਲਓ ਤੁਸੀਂ 150 ਰੁਪਏ ਦਾ ਮੁੱਲ ਲੈ ਕੇ ਆਏ ਢੋਲ ਪਾਣੀ ਦਾ ਠੀਕ ਹੈ ਆਰੋ ਦਾ ਠੀਕ ਹੈ ਇੱਥੇ ਪਾਣੀ ਮਾੜਾ ਗਿਆ ਠੀਕ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਿਹੜੇ ਦੇਖਣਾ ਤੁਸੀਂ ਪਾਣੀ ਪਿਲਾ ਰਹੇ ਹੋ ਧੰਨਵਾਦ ਜੀ ਬਹੁਤ ਸ਼ੁਕਰੀਆ